अस्सलाम वालेकुम, नमस्ते, सत श्री अकाल। मैं थोड़ी दोस्त ते होस्ट शगुफ्ता गिमी एक बारी फिर पंजाबी बैठक दे नाल गिमी टीवी यूके तो थोड़े नाल। तुसी देख रहे हो कि अज साडे इस पूरी स्क्रीन नू नाल दी विंडो दे विच एक ऐसी शख्सियत बैठे हैं, ऐसे उच्चे उच्चे परवाने ने जिन्हां दा तुहानू इंतजार सी, जिन्हां नू असीं इस्लामाबाद तो लब लबा के उन्हां नू जगा के अज लै आए हैं। जी जनाब, अक्सी मुफ्ती जी साडे नाल, जिन्हां दा अपना एक तारुफ है लेकिन अपने तारुफ दे नाल नाल उन्हां दे नाल एक मुमताज मुफ्ती का जरा तारुफ है उन्हां दे साहबजादे ने। और उस तो अलावा पाकिस्तान दे फोकलोरिस्ट, सोशल साइंटिस्ट, कल्चरल एक्सपर्ट और पता नहीं किन्निया के किताबां दे मुसन्निफ ने। उहदे नाल अलावा की काम करदे पए ने, मतलब लोक विरसा दे फाउंडर और उहदे बाद नैशनल हैरिटेज म्यूजियम जरा इस्लामाबाद दा जरा, और बाकी 40 साल जनाबे अली 40 ईयर्स दा जरा काम है वो इन्हां दी एक खूबसूरत क्रिएटिव प्लेट च हैगा। असी उन्हां दा नैशनल और इंटरनेशनल जिन्ना काम है और जो उन्होंने अवॉर्ड्स मिल चुके ने, जड़ा उन्होंने की उन्हां दी सर्विसेज और खिदमात जड़िया उन्होंने कल्चर वास्ते बाकी सब जड़ा भी काम किया उहदे वास्ते ऑनररी सिटीजनशिप्स जड़िया ने मुख्तलिफ मुल्कां ते। उहदे बाद जनाब कल्चरल कंसल्टेंसी करते हैं, ਇਹ ਸਾਰੀਆਂ ਚੀਜ਼ਾਂ ਇਹਨਾਂ ਨੇ ਇੰਨੇ ਸਾਲਾਂ ਤੋਂ ਕੀਤੀਆਂ। ਕੁਛ ਪੁਰਾਣੀਆਂ ਯਾਦਾਂ ਅੱਜ ਯਾਦ ਕਰਨੀਆਂ, ਮੁਮਤਾਜ਼ ਮੁਫਤੀ ਦੀਆਂ, ਕੁਛ ਇਸ਼ਫਾਕ ਸਾਹਿਬ ਦੀਆਂ, ਕੁਛ ਕੁਦਰਤੁੱਲਾ ਸ਼ਾਹਾਬ ਦੀਆਂ ਔਰ ਕੁਛ ਇਹਨਾਂ ਦੇ ਆਪਣੀ ਜ਼ਿੰਦਗੀ ਦਾ ਸਫ਼ਰ। ਜਨਾਬ ਜੀ ਆਇਆਂ ਨੂੰ ਆਖਣੀਆਂ ਤੁਹਾਨੂੰ, ਅਕਸੀ ਭਾਈ ਬਹੁਤ ਮਿਹਰਬਾਨੀ। ਮਾਸ਼ਾਅੱਲਾ, ਤੁਸੀਂ ਤੇ ਬਹੁਤ ਅੱਛਾ ਬੋਲਦੇ ਹੋ ਔਰ ਬਹੁਤ ਪਿਆਰ ਨਾਲ ਬੋਲਦੇ ਹੋ। ਤੁਸੀਂ ਤੇ ਲੋਕਾਂ ਦੇ ਦਿਲ ਲੁੱਟ ਲਏ ਹੋਣੇ ਨੇ ਹੁਣ ਤੱਕ। इजहार किया सी और तुसी किताबां लिखन च बिजी हो, ए भी मैं नाज़रीन नूं दस दवां, तुसी हुण भी किताब लिखते पे सी। सवेरे भी तुहानूं मैं जदों याद कराया तां तुसी क्या शगुफ्ता किताब च लगा, पर तुहाडी बड़ी मेहरबानी, बहुत मेहरबानी, बहुत प्यार नाल के बहुत इज्जत नाल, बहुत मान दावे नाल। ते क्योंकि तुहानूं पता है ये मेरा पंजाबी बैठक दा ही गिमी टीवी काम कर रहा है, लेकिन उहदे च तुहाडे वगैरे और तुहाडे जिहड़े फादर्स जिस तरह मेरे फादर, इन्हां दी जिहड़ी कॉन्ट्रीब्यूशन रही है असीं उहनां दीआं लैगेसी लैके चल रहे हैं, ते ओह गलबात करांगे जनाब तुहाडे नाल। मैं सारे रैपिड रैपिड फायर करने हैं क्योंकि तुहाडा इन्ना कुछ है जिहड़ा मैं 40-45-50 मिनट ਮੇਰਾ ਦਿਮਾਗ ਤੇ ਇੰਨੀ ਇੰਨੀ ਤੇਜ਼ ਨਹੀਂ ਚੱਲਦਾ ਹੈਗਾ। ਨਹੀਂ ਜੀ, ਬਹੁਤ ਬਹੁਤ ਮਿਹਰਬਾਨੀ, ਮੈਂ ਅੰਗਰੇਜ਼ੀ ਗ੍ਰੇਟਫੁਲ ਜਨਾਬ। ਅੱਛਾ ਇਹ ਦੱਸੋ ਇਹ ਕਿੱਥੋਂ ਸਟਾਰਟ ਕਰੀਏ, ਤੁਹਾਨੂੰ ਮੈਂ ਸੋਸ਼ਲ ਸਾਇੰਟਿਸਟ ਕਹਾਂ ਕਿ ਮੈਂ ਕਲਚਰ ਤੋਂ ਸ਼ੁਰੂ ਕਰਾਂ? ਅੱਛਾ ਲੈਟਸ ਟਾਕ ਅਬਾਊਟ ਕਿ ਆਓ ਕੁਝ ਕਹੀਏ, ਆਓ ਕੁਝ ਸੁਣੀਏ। ਅਕਸੀ ਮੁਫਤੀ ਰੇਡੀਓ ਪਾਕਿਸਤਾਨ ਦੇ ਵਿੱਚ ਮੁਮਤਾਜ਼ ਮੁਫਤੀ ਦੇ ਕੋਲ ਇੱਕੋ ਹੀ ਨਿਸ਼ਾਨੀ ਸੀ ਆਪਣੀ ਮੁਹੱਬਤ ਦੀ ਔਰ ਉਹਦਾ ਨਾਂ ਸੀ ਅਕਸੀ ਮੁਫਤੀ। ਸ਼ਹਿਜ਼ਾਦ ਤੇ ਅਲੀਪੁਰ ਦੀ ਅਲੀ ਚ ਸ਼ਹਿਜ਼ਾਦ ਤੋਂ ਦੁਨੀਆਂ ਤੋਂ ਰੁਖਸਤ ਹੋ ਗਈ ਤੇ ਮਨੂੰ ਉਂਗਲੀ ਲਾ ਕੇ ਤੇ ਮੁਮਤਾਜ਼ ਮੁਫਤੀ ਚੱਲ ਪਿਆ। ਤੇ ਫਿਰ ਛੋਟਾ ਜਿਹਾ ਮੈਂ ਹੁੰਦਾ ਸਾਂ ਤੇ ਜੋ ਮੁਮਤਾਜ਼ ਮੁਫਤੀ ਕਰਦਾ ਸੀ ਮੈਂ ਕਰਦਾ ਸਾਂ, ਕਿਉਂਕਿ ਮੈਂ ਹਰ ਵੇਲੇ ਮੈਨੂੰ ਨਾਲ ਰੱਖਣਾ ਹੁੰਦਾ ਸੀ, ਉਹਨੇ ਘਰ ਕੋਈ ਔਰਤ ਤੇ ਹੈ ਨਹੀਂ ਸੀ। ਲਿਹਾਜ਼ਾ ਮੈਂ ਕੋਈ, ਮੇਰਾ ਖਿਆਲ ਹੈ ਮੇਰਾ ਬਚਪਨ ਸਾਰਾ ਰੇਡੀਓ ਪਾਕਿਸਤਾਨ ਦੇ ਸਟੂਡੀਓਜ਼ ਚ ਹੀ ਗੁਜ਼ਰਿਆ। ਮੈਂ ਲਾਹੌਰ ਸਟੇਸ਼ਨ ਤੇ ਮਿਊਜ਼ਿਕ ਸਟੂਡੀਓ ਚ ਬੈਠੇ ਰਹਿਣਾ, ਪਿੰਡੀ ਸਟੇਸ਼ਨ ਦੇ ਉੱਤੇ ਤੇ ਬਹੁਤ ਸਾਰੇ ਕੰਮ ਜਿਹੜੇ ਨੇ, ਬਲਕਿ ਘੱਟ ਲੋਕ ਜਾਣਦੇ ਨੇ ਕਿ ਜਿਹੜਾ ਆਜ਼ਾਦ ਕਸ਼ਮੀਰ ਦਾ ਤਰਾਨਾ ਹੈ ਵਤਨ ਹਮਾਰਾ ਆਜ਼ਾਦ ਕਸ਼ਮੀਰ, ਇਹ ਵੀ ਅਸੀਂ ਬਣਵਾ ਕੇ ਲਿਆਏ ਸਨ ਲਾਹੌਰੋਂ ਵੱਡੇ ਰਿਕਾਰਡ ਦੇ ਉੱਤੇ। ਤੇ ਮੈਂ ਰਿਕਾਰਡ ਬਗਲ ਚ ਮਾਰ ਕੇ ਤੇ ਤਰਾਨਖਲ ਰੇਡੀਓ ਉਸ ਵੇਲੇ ਹੁੰਦਾ ਸੀ ਮਰੀ ਚ, ਉੱਥੇ ਲੈ ਕੇ ਗਿਆ ਸਨ। ਤੇ ਇਹ ਸੀਰੀਜ਼ ਜਿਹੜੀ ਹੈ, ਆਈਏ ਕੁਛ ਕਹੀਏ ਕੁਛ ਸੁਣੀਏ, ਇੱਕ ਮਾਰਨਿੰਗ ਸ਼ੋਅ ਸੀ
ਉਹ ਜਦੋਂ ਮੈਂ ਵੱਡਾ ਹੋ ਗਿਆ ਤੇ ਫਿਰ ਮੈਂ ਰੇਡੀਓ ਦਾ ਪ੍ਰੋਡਿਊਸਰ ਵੀ ਹੋ ਗਿਆ ਦੇਖ ਦੇਖ ਕੇ ਹੀ ਇਹਨਾਂ ਨੂੰ ਦੇਖ ਦੇਖ ਕੇ ਹੀ ਕਿਉਂਕਿ ਮੈਂ 9 ਸਾਲ ਰੇਡੀਓ ਲਈ ਕੰਮ ਕੀਤਾ ਤੇ ਰੇਡੀਓ ਲਈ ਡਰਾਮੇ ਵੀ ਪ੍ਰੋਡਿਊਸ ਕੀਤੇ ਨੇ ਇੱਕ ਸ਼ੋਅ ਕੀਤਾ ਵੈ ਆਈਏ ਕੁਛ ਕਹੀਏ ਕੁਛ ਸੁਣੀਏ ਬੜੇ ਬੜਾ ਪਾਪੂਲਰ ਸ਼ੋਅ ਬਹੁਤ ਸੀ ਪਾਪੂਲਰ ਸੀ ਹਾਂ ਮਾਰਨਿੰਗ ਸ਼ੋਅ ਸੀ ਬਹੁਤ ਪਾਪੂਲਰ ਸ਼ੋਅ ਸੀ ਤੇ ਉਹਦੇ ਚ ਮੁਸੀਕੀ ਵੀ ਸੀ ਲਤੀਫੇ ਵੀ ਸਨ ਸ਼ਾਇਰੀ ਵੀ ਸੀ ਪਤਾ ਨੀ ਕਿੱਥੇ ਗਿਆ ਕੋਈ ਰਿਕਾਰਡ ਇਹਨਾਂ ਨੇ ਰੱਖੇ ਨਹੀਂ ਜੋ ਵੀ ਕੰਮ ਮੈਂ ਕੀਤਾ ਦਰਅਸਲ ਸਾਡੇ ਜ਼ਮਾਨੇ ਦੇ ਵਿੱਚ ਜਾਂ ਤੇ ਲਾਈਵ ਰਿਕਾਰਡਿੰਗ ਹੁੰਦੀ ਸੀ ਤੇ ਜਾਂ ਅਗਰ ਉਹ ਰਿਕਾਰਡ ਕਰ ਲੈਂਦੇ ਸਨ ਰੇਡੀਓ ਵਾਲੇ ਔਰ ਟੀਵੀ ਵਾਲੇ ਵੀ ਤੇ ਕੋਈ ਇੰਨੇ ਕੋਈ ਯਤੀਮ ਮਹਿਕਮੇ ਸਨ ਉਸ ਵੇਲੇ ਵੀ ਕਿ ਇਹ ਟੇਪ ਸੰਭਾਲ ਨਹੀਂ ਸਕਦੇ ਸਨ ਇਹਨਾਂ ਕੋਲ ਟੇਪ ਹੀ ਨਹੀਂ ਹੁੰਦੀ ਸੀ ਅਗਲੀ ਟੇਪ ਲਈ ਪ੍ਰੋਡਿਊਸਰ ਲੜਾਈਆਂ ਕਰਦੇ ਸਨ ਕਿ ਮੇਰੀ ਟੇਪ ਕਿੱਥੇ ਗਈ ਉਹ ਲਿਆ ਹੀ ਆ ਲਿਆ ਉਹ ਪਿਛਲੀ ਨੂੰ ਅਰੇਜ਼ ਕਰਦੇ ਸਨ ਤੇ ਅਗਲਾ ਪ੍ਰੋਗਰਾਮ ਰਿਕਾਰਡ ਕਰਦੇ ਸਨ ਨਤੀਜਾ ਇਹ ਹੋਇਆ ਕਿ ਮੈਂ ਕੋਈ 9 ਸਾਲ ਲੋਕ ਤਮਾਸ਼ਾ ਕੀਤਾ ਟੈਲੀਵਿਜ਼ਨ ਲਈ ਇੱਕ ਟੇਪ ਉਹਦੀ ਮੌਜੂਦ ਨਹੀਂ ਔਰ ਹਾਲਾਂਕਿ ਟੇਪ ਰਿਕਾਰਡਰ ਵੀ ਬਾਅਦ ਚ ਆ ਗਿਆ ਰਿਕਾਰਡ ਵੀ ਹੁੰਦਾ ਰਿਹਾ ਲੇਕਿਨ ਇਹਨਾਂ ਕੋਲ ਟੇਪਾਂ ਨਹੀਂ ਸਨ ਇਹਨਾਂ ਨੇ ਟੇਪਾਂ ਇਰੇਜ਼ ਕਰ ਕਰਕੇ ਤੇ ਉੱਤੇ ਦੂਸਰੀਆਂ ਅਫਸੋਸ ਮੈਨੂੰ ਆਪਣਾ ਤੇ ਇੰਨਾ ਅਫਸੋਸ ਨਹੀਂ ਹੈ ਲੇਕਿਨ ਇਹਦੀ ਵਜ੍ਹਾ ਨਾਲ ਅਸੀਂ ਬਹੁਤ ਵੱਡਾ ਖਜ਼ਾਨਾ ਜਿਹੜਾ ਹੈ ਨਾ ਪਾਕਿਸਤਾਨ ਦੀ ਮੁਸੀਕੀ ਦਾ ਪਾਕਿਸਤਾਨ ਦੀਆਂ ਸ਼ਖਸੀਅਤ ਦਾ ਪਾਕਿਸਤਾਨ ਅਸੀਂ ਆਪਣਾ ਵਿਰਸਾ ਸੰਭਾਲਿਆ ਹੀ ਨਹੀਂ ਦਰਸਾ ਸ਼ਗੁਫਤਾ ਅਸਲ ਪ੍ਰੋਬਲਮ ਸਾਡੇ ਮੁਲਕ ਦੀ ਇਹ ਹੈ ਕਿ ਅਸੀਂ ਮਾਡਰਨਾਈਜ਼ ਹੋਣ ਤੇ ਇੰਨਾ ਜ਼ੋਰ ਲਾਤਾ ਬੱਚੇ ਸਾਡੇ ਵੈਸਟਰਨਾਈਜ਼ ਹੋ ਗਏ ਕਿ ਅਸੀਂ ਆਪਣਾ ਵਿਰਸਾ ਜਿਹੜਾ ਨਾ ਉਹਨੂੰ ਸੰਭਾਲਿਆ ਨਾ ਉਹਦੀ ਕਦਰ ਕੀਤੀ ਹੈ ਔਰ ਨਾ ਉਹਦੀ ਤਰਵੀਜ ਕੀਤੀ ਹੈ ਤੇ ਨਾ ਉਹਦੀ ਪ੍ਰੋਜੈਕਸ਼ਨ ਕੀਤੀ ਹੈ ਤੇ ਨਾ ਉਹ ਬਦਕਿਸਮਤੀ ਦੇ ਨਾਲ ਕਿਉਂਕਿ ਹੁਣ ਦੇਖੋ ਨਾ ਹੁਣ ਇਹ ਵੀਡੀਓ ਮੀਡੀਆ ਵਿਜੂਅਲ ਮੀਡੀਆ ਆ ਗਿਆ ਹੁਣ ਬੜੇ ਲੇਟੈਸਟ ਮੀਡੀਆਜ਼ ਆ ਗਏ ਨੇ ਜਿਹਨਾਂ ਕੌਮਾਂ ਦੇ ਕੋਲ ਆਪਣਾ ਵਿਰਸਾ ਸੰਭਾਲਿਆ ਹੋਇਆ ਉਹ ਇਹਨੂੰ ਇਸਤੇਮਾਲ ਕਰਦੇ ਨੇ ਸਾਡੇ ਕੋਲ ਕੁਛ ਹੈ ਹੀ ਨਹੀਂ ਸਾਡੇ ਰੇਡੀਓ ਦੀ ਜਿਹੜੀ ਤੁਸੀਂ ਜਾ ਕੇ ਦੇਖੋ ਉਹਨਾਂ ਦੇ ਕੋਲ ਇੱਕ ਟਰਾਂਸਕ੍ਰਿਪਸ਼ਨ ਆਰਕਾਈਵ ਸੀ ਬੁਰਾ ਹਾਲ ਹੈ ਉਹਦਾ ਉਹ ਟੇਪਾਂ ਜਿਹੜੀਆਂ ਨੇ ਉਹ ਕੁਛ ਟੀਵੀ ਦਾ ਵੀ ਇਹੀ ਹਾਲ ਹੈ ਕਿ ਟੀਵੀ ਦੇ ਕੋਲ ਕੋਈ ਪੁਰਾਣੀ ਚੀਜ਼ ਰਹੀ ਨਹੀਂ ਤੇ ਹੁਣ ਅਲਬੱਤਾ ਇੱਕ ਖੁਸ਼ਕਿਸਮਤੀ ਹੈ ਕਿ ਕੁਛ ਪ੍ਰੋਗਰਾਮ ਜਿਹੜੇ ਅੱਛੇ ਪ੍ਰੋਗਰਾਮ ਨੇ ਯੂਟਿਊਬ ਤੇ ਪੈ ਜਾਂਦੇ ਨੇ ਤੇ ਯੂਟਿਊਬ ਇੱਕ ਬਹੁਤ ਵੱਡੀ ਸਾਈਬਰ ਸਪੇਸ ਹੈ ਜਿਹਦੀ ਤੁਸੀਂ ਹੁਣ ਸ਼ੇਅਰ ਕਰ ਲੈਂਦੇ ਹੋ ਤੁਹਾਡਾ ਵੀ ਗਾਲਬਨ ਇਹ ਜਿਹੜਾ ਇੰਟਰਵਿਊ ਕਰ ਰਹੇ ਹੋ ਉਹ ਯੂਟਿਊਬ ਸੰਭਾਲ ਲਏਗਾ ਲੇਕਿਨ ਅਸੀਂ ਨਹੀਂ ਸੰਭਾਲੇ ਮਤਲਬ ਜਿਹੜਾ ਸਲੀਮ ਗਿਮੀ ਕੰਮ ਕਰ ਗਿਆ ਉਹ ਰੇਡੀਓ ਨੇ ਨਹੀਂ ਸੰਭਾਲਿਆ ਹੋਏਗਾ ਮੈਨੂੰ ਯਕੀਨ ਹੈ ਨਾ ਹੀ ਉਹਦਾ ਕੋਈ ਨਾਮੋ ਨਿਸ਼ਾਨ ਹੋਏ ਅਕਸ਼ੀ ਭਾਈ ਮੈਂ ਤੁਹਾਨੂੰ ਦੱਸਾਂ ਕਿ ਇਹ ਬੜੀ ਤੁਸੀਂ ਦੁੱਖ ਦੀ ਰੱਗ ਮੇਰੀ ਵੀ ਹੈਗੀ ਆ ਤੇ ਤੁਹਾਡੀ ਵੀ ਉਹੀ ਰੱਗ ਹੈ ਔਰ ਮੇਰਾ ਖਿਆਲ ਹੈ ਸਾਡਾ ਕਨੈਕਸ਼ਨ ਵੀ ਇੱਕ ਇਹੀ ਮੈਂ ਤਾਂ ਹੀ ਰੇਡੀਓ ਤੋਂ ਗੱਲ ਸ਼ੁਰੂ ਕੀਤੀ ਹੈ ਮੁਮਤਾਜ਼ ਮੁਫਤੀ ਵਗਰੀਆ ਸ਼ਖਸੀਅਤ ਉਹਨਾਂ ਦੇ ਬੈਚ ਦੇ ਉਹ ਸਾਰੇ ਲੋਕ ਹੋਰ ਸਲੀਮ ਖਾਨ ਗਿੰਮੀ ਵਗਰੇ ਲੋਕ ਕੋਈ ਚੀਜ਼ ਨਹੀਂ ਉਹਨਾਂ ਦੀ ਲੱਭਦੀ ਕੀ ਉਹਨਾਂ ਨੇ ਕੀਤਾ ਕੀ ਨਹੀਂ ਪਰ ਤੁਸੀਂ ਦੇਖੋ ਕਿ ਮਤਲਬ ਅਸੀਂ ਆਪਣੇ ਬੱਚਿਆਂ ਨੂੰ ਈਵਨ ਜੇ ਟੀਵੀ ਵੱਲ ਜਾਈਏ ਟੀਵੀ ਤੇ ਜਿਹੜੇ ਪ੍ਰੋਗਰਾਮ ਕੀਤੇ ਹੋਏ ਆ ਉਹਨਾਂ ਨੂੰ ਵੀ ਰਿਕੁਐਸਟ ਕਰੀਏ ਬਾਕੀ ਕਰੀਏ ਕੱਖ ਪੱਤ ਨਹੀਂ ਲੱਗਦਾ ਸੋ ਇਹੀ ਸੋਚਿਆ ਕਿ ਚਲੋ ਜੀ ਮੁਮਤਾਜ਼ ਮੁਫਤੀ ਨੂੰ ਯਾਦ ਕਰਨ ਵਾਸਤੇ ਅਕਸੀ ਭਾਈ ਨੂੰ ਬੁਲਾ ਲਈਏ ਇਹ ਬੜੀ ਖਿਦਮਤ ਹੈ ਬੜੀ ਤੁਸੀਂ ਬਹੁਤ ਅੱਛਾ ਕਰ ਰਹੇ ਹੋ ਇਹ ਤੇ ਇੱਕ ਰਿਕਾਰਡ ਰਹਿ ਜਾਏਗਾ ਤੁਹਾਡੇ ਚੁਣਾਵ ਵੀ ਬਹੁਤ ਅੱਛਾ ਸ਼ਖਸੀਅਤ ਦਾ ਮੈਂ ਬੜੀ ਮਾਜ਼ਰਤ ਚਾਹੁੰਦਾ ਮੈਨੂੰ ਤੁਹਾਡਾ ਮੈਸੇਜ ਮਿਲਿਆ ਸੀ ਕੋਈ 5-6 ਮਹੀਨੇ ਪਹਿਲੋਂ ਲੇਕਿਨ ਮੈਂ ਬੜਾ ਮਸਰੂਫ ਥਾ ਮੈਂ ਕਿਤਾਬ ਲਿਖ ਰਿਹਾ ਸਾਂ ਉਸ ਵੇਲੇ ਤੇ ਮੈਂ ਲਿਹਾਜ਼ਾ ਮਾਜ਼ਰਤ ਨਹੀਂ ਨਹੀਂ ਪਲੀਜ਼ ਐਸੀ ਕੋਈ ਗੱਲ ਨਹੀਂ ਐਕਚੁਅਲੀ ਮੇਰਾ ਤੇ ਇਸੇ ਤਰ੍ਹਾਂ ਹੀ ਹੈ ਜਿਸ ਤਰ੍ਹਾਂ ਕਿ ਆਪਣੇ ਜਿਹੜੇ ਲੋਕਾਂ ਦਾ ਕੰਮ ਹੈ 40 ਸਾਲ ਤੁਸੀਂ ਆਪਣੀ ਜ਼ਿੰਦਗੀ ਦੇ ਇੱਕ ਫੀਲਡ ਨੂੰ ਦੇ ਦਿੱਤੇ ਉਹ ਕਲਚਰ ਬਾਰੇ ਕਿਉਂਕਿ ਬਹੁਤ ਜ਼ਰੂਰੀ ਹੈ ਕਿ ਤੁਸੀਂ ਦੱਸੋ ਕਿ ਕਲਚਰਲ ਕੰਸਲਟੈਂਸੀ ਵੀ ਤੁਸੀਂ ਕਰਦੇ ਹੋ ਇਹ ਕੀ ਚੀਜ਼ ਹੈ ਮੈਨੂੰ ਪਹਿਲੇ ਤੇ ਇਹ ਗੱਲ ਦੱਸੋ ਨਾ ਕੋਈ ਨਹੀਂ ਹੁਣ ਇਸ ਵੇਲੇ ਤੇ ਪਾਕਿਸਤਾਨ ਦੇ ਵਿੱਚ ਜਿਹੜੀ ਬਦਕਿਸਮਤੀ ਹੈ ਮੈਂ ਕਿਤਾਬ ਲਿਖੀ ਹੈ ਪਾਕਿਸਤਾਨੀ ਸਕਾਫਤ ਤੇ ਅੰਗਰੇਜ਼ੀ ਵੀ ਲਿਖੀ ਹੈ ਉਰਦੂ ਚ ਵੀ ਲਿਖੀ ਹੈ ਮਸਲਾ ਪਾਕਿਸਤਾਨ ਦਾ ਇਹ ਹੈ ਕਿ ਪਾਕਿਸਤਾਨ ਦੀ ਜਿਹੜੀ ਵੀ ਹਕੂਮਤ ਆਉਂਦੀ ਹੈ
वो पहले दिन तो शुरू कर दिया इकॉनमी 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 इकॉनमी, तो जदों जाती है तो इकॉनमी जड़ी है ना वो वड़े डूंगे गड़े च डिगी पई होती। लेकिन किसी नूं इह समझ नहीं आती साडे मुल्क च बदकिस्मती नाल किसी सियासी हकूमत नूं अज तक यह समझ नहीं आई इंतजामिया हकूमत नूं कि इकॉनमी ते साडी सब तो कमजोर विकेट है। वो पागलो ये देते क्यों खेड़ दे हो बार बार ते हार मार मार दे हो ते लोकां दी महकूमी ते लोग तुहानू गरीब कह देने ते लोग तुहानू मंगता समझते ने। तुहाडे कोल सकाफत है 5,000 साल पुरानी रिवायात है। ए मुल्क जड़ा है ना ए शगुफ्ता जड़ा ए मुल्क इफ यू फॉरगिव मी इफ आई कॉल यू बाय योर फर्स्ट नेम श्योर श्योर, व्हाई नॉट व्हाई नॉट। जड़ा मुल्क है ये सिविलाइजेशंस दा गहवारा है। एक सिविलाइजेशन नहीं कई सिविलाइजेशन का गहवारा है। अच्छा इंडस वैली सिविलाइजेशन दा ये क्रेडल है। उदू बाद गंधारा बुद्धिस्ट सिविलाइजेशन दा एक क्रेडल है। उदू बाद सिल्क रूट, उदू बाद मुगलों की हुकूमत और पूरी कोई 800 साल की वो भी एक सिविलाइजेशन है जिहड़ी हिंदू पाकिस्तान ने देखी है। और अगर तुसी गौर फरमाओ तो यह जो मुल्क है जी साड़ी धरती है यह जो जमीन है सरजमीन ये हमेशा तो ये मजहबा का पैदाइश का रही है। अपने बाबा नानक इथे सारा खाका हिंदू मजहब जरा हिंदू मजहब जरा वैदिक मजहब जिन्हों कहते वेद उतरे वो इंडस वैली दे विच उतरे। असि उन्हें इंडस वैली सिविलाइजेशन कहने हैं हालांकि वो वैदिक सिविलाइजेशन है। इन्हों की जड़ी जिन्हों कहते हैं ना ये जिदे जिदे ते हिंदुइज्म बेस्ड है ठीक वो किताब जड़ी है लिरिक्स की वो एथे उतरी पाकिस्तान च ऋग्वेद जिन्हों कहते हैं। ऋग्वेद, ऋग्वेद जी सब तो बिल्कुल। पहले ऋग्वेद जड़े जिदे तो भगवत गीता निकली जिदे तो उपनिषद निकले जिदे हिंदुओं की बुनियादी किताबें। उदू बाद गुरु नानक उन्हों का मक्का मदीना असि हाँ। उदू बाद इस्लाम आ गया सारे अरबा नु छड़ के फारसियां नु छड़ के सब नु छड़ के साडे कोल आ गया। क्यों आया कुछ नजर आया ना इस्लाम कोई जुलुआ नु नहीं मिलिया। ऐ नहीं होया कि इस्लाम फर्ज करो कि चला जांदा बुशमैन और कलाहारी कोल ते की हो जाना सी। उन्होंने अगर नंगे घूमते सन ते उन्होंने एक केले दा पत्ता अगे ला लेना सी ते एक पिछे ला लेना सी लंगोट पा लेना सी कहंदे सी मुसलमान हो गए ना। इस्लाम सोच समझ के इंडस वैली सिविलाइजेशन जड़ी बहुत बड़ी सिविलाइजेशन थी दुनिया की अजीम तक सिविलाइजेशन चो एक सी जिन्हें वड़े दिमाग पैदा किए सन। वो दिमाग जिदे तो मजाहिब निकले ते असी बड़ी बदकिस्मती हूँ पता नहीं किधर चली गई ये डिस्कशन। लेकिन मसला यह है कि साड़ी किसी हकूमत ने सकाफत नू अहमियत नहीं दिती। बड़ी बदकिस्मती है। और ये खेडते ने उस विकेट से तुसी कोई एहो ही क्रिकेट टीम देखी है जड़ी उस पिच से खेडे जिदे ते आ रही आ रहे अगर नहीं देखी ना तो पाकिस्तान हाँ, वे बहुत बहुत दुख वाली गल है, जड़ी बिल्कुल। हुकूमत आंदी है ओ इकोनमी इकोनमी तो शुरू कर दी ते इकोनमी तो मुक जांदी ते इकोनमी कितने भी नहीं जाती ते सकाफत वल ध्यान ही नहीं है। इस वास्ते चूंकि सकाफत वल ध्यान नहीं है असी 40 साल बड़ा जहाद किया जिंदगी दे छड़ी है लेकिन रुख नहीं मोड़ सके। वजह यह है कि एक वेस्टर्नाइजेशन का एक भरमार है साढ़े उत्ते ठीक एक बहुत वड्डी यलगार है। तुसी जड़ी रविश है दरिया की बहाव जड़ा है वो ऑपोजिट जाना बड़ा मुश्किल काम है। लेकिन असी कोशिश की है और तो मैं कुछ नहीं कर सकिया। मेरे जहन दे विच एक नेशनल प्रोग्राम सी मेरे जहन च लोक विरसा नहीं सी एक इदारा नहीं सी। मैं एक इदारा नहीं बनाना चाह रहा। मैं चाह रहा सा कि पाकिस्तान नू कौम नू एक कौमी प्रोग्राम दिता जाए। अगर ये वेस्टर्नाइजेशन वाल जा रहे हैं तो असी इंडिजनाइजेशन वाल जाइए। असी मकामी लोग मकामी दस्तकारियां मकामी इंडस्ट्री मकामी इनिशिएटिव मकामी पैदावार मकामी
ਇਹਨੂੰ ਫਰੋਗ ਦਈਏ। ਸਾਡੇ ਮੁਲਕ ਦੇ ਵਿੱਚ ਤੁਸੀਂ ਅਗਰ ਗੌਰ ਕਰੋ, ਅੱਜ ਤੋਂ 10-15 ਸਾਲ ਪਹਿਲੋਂ ਹਰ ਪਿੰਡ ਜਿਹੜਾ ਸੀ ਨਾ, ਹਰ ਇਲਾਕਾ ਜਿਹੜਾ ਸੀ, ਇਟ ਵਾਜ ਨੋਨ ਫੋਰ ਸਮ ਐਕਸਲੈਂਸ। ਅਸੀਂ ਕਹਿੰਦੇ ਸੀ ਯਾਰ ਵਜ਼ੀਰਾਬਾਦ ਚ ਕਟਲਰੀ ਬਣਦੀ, ਉਹ ਯਾਰ ਸਿਆਲਕੋਟ ਦੇ ਵਿੱਚ ਸਰਜੀਕਲ ਇੰਸਟਰੂਮੈਂਟ ਕਮਾਲ ਦੇ ਬਣਦੇ ਨੇ, ਉਹ ਜੀ ਗੁਜਰਾਂ ਵਾਲੇ ਚ ਜੀ ਬੜਾ ਫਲਾਣਾ ਕੰਮ ਹੁੰਦਾ ਜੀ, ਉੱਥੇ ਪਿੱਤਲ ਦਾ ਕੰਮ ਹੁੰਦਾ। ਸਭ ਗਵਾਤਾ ਸੀ ਕਿਉਂਕਿ ਸਾਡਾ ਧਿਆਨ ਹੀ ਨਹੀਂ ਆਇਆ ਇਸ ਪਾਸੇ। ਸਾਡੇ ਜਿਹੜੇ ਇਲਾਕੇ ਸਨ ਮੁਲਤਾਨ ਦੇ, ਪੰਜਾਬ ਦੇ, ਬਹਾਵਲਪੁਰ ਦੇ, ਦੇ ਵਰ ਨੋਨ ਫਾਰ ਐਮਬਰਾਇਡਰੀ, ਦ ਫਾਈਨੈਸਟ ਐਮਬਰਾਇਡਰੀ ਇਨ ਦ ਵਰਲਡ। ਦੁਨੀਆਂ ਚ ਮੁਕਾਬਲਾ ਨਹੀਂ ਹੈ ਸਾਡੀ ਸੂਜ਼ਨਕਾਰੀ ਦਾ। ਮੈਂ ਇਹਦੀ ਐਗਜ਼ੀਬਿਸ਼ਨ ਜਿਹੜੀ ਹੈ ਨਾਰਵੇ ਔਰ ਸਕੈਂਡੀਨੇਵੀਆ ਲੈ ਗਿਆ, ਦੰਗ ਰਹਿ ਗਏ ਸਨ ਲੋਕ ਦੇਖ ਕੇ ਕਿ ਯਾਰ ਇਹ ਕਿੱਥੋਂ ਆਈ ਹੈ। ਲੇਕਿਨ ਸਾਨੂੰ ਪਤਾ ਹੀ ਨਹੀਂ ਹੈ। ਅਸੀਂ ਉਹ ਜਿਹੜੀ ਪਿੰਡ ਪਿੰਡ ਜਿਹੜੀ ਉਹ ਜਿਹੜਾ ਹੁਨਰ ਸੀ ਸਾਡੀਆਂ ਘਰ ਦੀਆਂ ਔਰਤਾਂ ਕਰਦੀਆਂ ਸਨ, ਅਸੀਂ ਮਾਰ ਛੱਡਿਆ। ਤੇ ਗੱਲ ਇਹ ਹੈ ਸਾਡਾ ਧਿਆਨ ਹੀ ਨਹੀਂ ਹੈ, ਸਾਡਾ ਆਪਣੇ ਪਿੰਡ ਵੱਲ, ਆਪਣੇ ਲੋਕਾਂ ਵੱਲ, ਆਪਣੇ ਲੋਕਾਂ ਦੀਆਂ ਟੈਲੈਂਟਸ ਵੱਲ, ਆਪਣੇ ਲੋਕਾਂ ਦੇ ਉੱਧਰ ਧਿਆਨ ਹੀ ਨਹੀਂ। ਅਸੀਂ ਤੇ ਵੈਸਟ ਦੀ ਤਕਲੀਫ ਦੇ ਵਿੱਚ ਪਏ ਹੋਏ ਹਾਂ। ਇਹ ਹੁਣ ਲੰਬਾ ਰਸਤਾ ਹੈ, ਇਹ ਹੁਣ ਸਾਡੇ ਜਿਹੜੇ ਬੱਚੇ ਨੇ ਉਹ ਪੂਰਾ ਫੈਸਲ ਪੈਂਡਾ ਤੈਅ ਕਰਕੇ ਵਾਪਸ ਆਣਗੇ, ਸਿੱਧੇ ਨਹੀਂ ਆਣਗੇ ਵਾਪਸ। ਪਹਿਲੇ ਉਹ ਪੈਂਡਾ ਤੈਅ ਕਰਨਗੇ, ਫਿਰ ਉਹ ਇੱਕ ਦਿਨ ਲੱਭਣਗੇ ਕਿ ਉਹ ਯਾਰ ਅਸੀਂ ਕੌਣ ਆ ਤੇ ਅਸੀਂ ਕਿੱਥੋਂ ਆਏ ਤੇ ਗਲਤੀ ਕਰ ਲਈ, ਸਾਡਾ ਤਾਂ ਕੋਈ ਸ਼ਕਲ ਨਹੀਂ ਹੈ, ਅਸੀਂ ਤਾਂ ਕੋਈ ਆਈਡੈਂਟੀ ਨਹੀਂ ਬਣ ਰਹੀ ਸਾਡੀ। ਅਸੀਂ ਜਿੰਨੀ ਮਰਜ਼ੀ ਅੰਗਰੇਜ਼ੀ ਬੋਲ ਲਈਏ, ਜਿੰਨੀਆਂ ਮਰਜ਼ੀਆਂ ਟਾਈਆਂ ਲਾ ਲਈਏ, ਜਿੰਨੇ ਮਰਜ਼ੀ ਸੂਟ ਪਾ ਲਈਏ, ਯਾਰ ਇਹ ਤੇ ਸਾਡੀ ਇੱਜ਼ਤ ਹੀ ਨਹੀਂ ਕਰਦੇ, ਇਹ ਤੇ ਸਾਨੂੰ ਸਮਝਦੇ ਕੁਛ ਨਹੀਂ। ਤੇ ਅਸੀਂ ਫਿਰ ਕਿਉਂ ਨਾ ਆਪਣਾ ਤੰਬਾ ਪਾਈਏ ਜਾ ਕੇ, ਤੇ ਆਪਣਾ ਜੁੱਪਾ ਜਿਹੜਾ ਉਹ ਲਗਾਈਏ, ਤੇ ਆਪਣੀ ਐਮਬਰਾਇਡਰਡ ਸ਼ਰਟ ਪਾ ਕੇ ਆਈਏ, ਚਾਹੇ ਤੇ ਵੇਖ ਹੀ ਲੈਣ। ਇਹ ਅਹਿਸਾਸ ਜਿਹੜਾ ਹੈ ਆਏਗਾ ਆਏਗਾ ਆਏਗਾ, ਲੇਕਿਨ ਹੁਣ ਦੇਰ ਲੱਗੇਗੀ। ਤੇ ਮੈਨੂੰ ਇਹ ਖੁਸ਼ੀ ਹੈ ਕਿ ਵੈਸੇ ਤੇ ਮੈਂ ਫੇਲ ਹੋ ਗਿਆ, ਮੈਂ ਤੇ ਕਹਿੰਦਾ ਮੈਂ ਫੇਲ ਹੋ ਗਿਆ। ਇਕਦਾਰਾ ਸਰ, ਮਹਿਜ਼ ਇਕਦਾਰਾ ਬਣਾ ਦੇਣਾ ਕੋਈ ਬਹੁਤ ਵੱਡਾ ਕੰਮ ਨਹੀਂ ਹੁੰਦਾ। ਮੈਂ ਸਿਰਫ ਇੰਨਾ ਕੰਮ ਕਰ ਸਕਿਆ ਕਿ ਮੈਂ ਇੱਕ ਸਟੋਰ ਹਾਊਸ ਬਣਾ ਦਿੱਤਾ, ਕਲਚਰ ਵਾਹਿਦ ਸਟੋਰ ਹਾਊਸ ਹੈ ਪਾਕਿਸਤਾਨ ਦੇ ਕੋਲ, ਬਹੁਤ ਵੱਡਾ ਸਟੋਰ ਹਾਊਸ। ਉਹਦੇ ਚ ਕੋਈ 20,000 ਰਿਕਾਰਡਿਡ ਟੇਪਸ ਹਨ, ਜਿੰਨੇ ਤੁਹਾਡੇ ਉਸਤਾਦ ਹਨ, ਚਾਹੇ ਕਲਾਸੀਕਲ ਹਨ, ਚਾਹੇ ਫੋਕ ਹਨ, ਚਾਹੇ ਗਜ਼ਲ ਹੈ, ਚਾਹੇ ਉੱਥੇ ਰਿਕਾਰਡਿਡ ਪਏ ਨੇ। ਔਰ ਉਹਦੇ ਚ ਕੋਈ 7,000 ਘੰਟੇ ਦਾ ਵੀਡੀਓ। ਤੇ ਉਹ ਸਟੋਰ ਹਾਊਸ ਜਿਹੜਾ ਨਾ, ਜਿਹਨੂੰ ਅਸੀਂ ਕਹਿੰਦੇ ਹੈਰੀਟੇਜ ਲਾਇਬ੍ਰੇਰੀ ਲੋਕ ਵਿਰਸੇ ਦੇ ਵਿੱਚ, ਔਰ ਜਿਹੜੇ ਮਿਊਜ਼ੀਅਮ ਬਣਾਏ, ਮੈਂ 3 ਮਿਊਜ਼ੀਅਮ ਬਣਾਏ ਨੇ, ਇੱਕ ਲੋਕ ਵਿਰਸੇ ਦਾ ਮਿਊਜ਼ੀਅਮ, ਹੈਰੀਟੇਜ ਮਿਊਜ਼ੀਅਮ, ਇੱਕ ਉੱਤੇ ਸ਼ਕਰਪਣੀਆਂ ਤੇ ਮਿਊਜ਼ੀਅਮ ਹੈ, ਮੋਨੂਮੈਂਟ ਮਿਊਜ਼ੀਅਮ, ਉਹ ਪੋਲੀਟੀਕਲ ਮਿਊਜ਼ੀਅਮ ਹੈ, ਦਾ ਬਰਥ ਆਫ ਪਾਕਿਸਤਾਨ। ਔਰ ਇੱਕ ਮੈਂ ਹੁਨਜ਼ਾ ਦੇ ਵਿੱਚ ਬਲਤਿਤ ਮਿਊਜ਼ੀਅਮ ਬਣਾਇਆ ਸੀ ਆਗਾ ਖਾਨ ਦੇ ਲਈ। ਕਮਾਲ ਹੈ, ਇੱਕ ਬੰਦਾ ਕਿੰਨੇ ਕੁ ਕੰਮ ਕਰ ਸਕਦਾ ਹੈ। ਉਦੋਂ ਬਾਅਦ ਹਾਰ ਕੇ ਘਰ ਬੈਠ ਗਿਆ ਤੇ ਅਮਲੀ ਕੰਮ ਛੱਡ ਦਿੱਤਾ ਹੈ। ਪਹਿਲੇ ਵੀ ਮੈਂ ਛੱਡ ਦਿੱਤਾ ਸੀ ਬਹੁਤ ਸਾਲ ਪਹਿਲੇ, ਬਾਨੋ ਕੁਤਸੀਆ ਜ਼ਿੰਦਾ ਸਨ, ਤੇ ਮੈਂ ਕੋਈ ਸਨ 2002 ਦੇ ਵਿੱਚ, ਅੱਜ ਤੋਂ ਯਾਨੀ 8-9 ਸਾਲ ਪਹਿਲੇ, 10 ਸਾਲ ਪਹਿਲੇ, ਮੈਂ ਬਾਨੋ ਕੁਤਸੀਆ ਕੋਲ ਗਿਆ। ਮੈਂ ਕਿਹਾ ਬਾਨੋ ਜੀ ਮੈਂ ਥੱਕ ਗਿਆ, ਇਹ ਕੋਈ ਹਕੂਮਤ ਜਿਹੜੀ ਆਉਂਦੀ ਹੈ, ਉਹ ਹਕੂਮਤਾਂ ਜਿਹੜੀਆਂ ਆਵਾਮ ਦਾ ਨਾਂ ਲੈਂਦੀਆਂ ਨੇ, ਜਿਹੜੀਆਂ ਆਵਾਮ ਦਾ ਨਾਰਾ ਲਾਉਂਦੀਆਂ ਨੇ, ਜਿਹੜਾ ਆਵਾਮ ਦੇ ਵੋਟ ਲੈ ਕੇ ਆਉਂਦੀਆਂ ਨੇ, ਉਹ ਵੀ ਅਵਾਮੀ ਸਕਾਫਤ ਦੀ ਗੱਲ ਨਹੀਂ ਕਰਨੀਆਂ ਚਾਹੁੰਦੇ, ਇੱਧਰ ਧਿਆਨ ਹੀ ਨਹੀਂ। ਪੈਸੇ ਲੈਣ ਜਾਓ ਤੇ ਉਹ ਐਡੀਸ਼ਨਲ ਸੈਕਟਰੀ ਜਿਹੜਾ ਗ੍ਰਾਂਟ ਬਣਦਾ, ਪਹਿਲੇ ਤੇ ਉਹ ਕਹਿੰਦਾ ਇਹ ਲੋਕ ਵਿਰਸਾ, ਇਹ ਕੋਈ ਸਰਕਾਰੀ ਅਦਾਰਾ ਜੀ, ਉਹ ਛੱਡੋ ਛੱਡੋ ਇਹਨੂੰ ਕੀ ਗ੍ਰਾਂਟ ਦੇਣ। ਉਹ ਮੰਨਦਾ ਹੀ ਨਹੀਂ ਕਿ ਕਿਸੇ ਗਵਰਨਮੈਂਟ ਦੇ ਅਦਾਰੇ ਦਾ ਨਾਂ ਲੋਕ ਵਿਰਸਾ ਹੋ ਸਕਦਾ ਹੈ। ਉਹ ਕਹਿੰਦੇ ਜੀ ਨਾ ਹੋਵੇ ਤੇ ਕੋਈ ਡਾਇਰੈਕਟੋਰੇਟ ਜਨਰਲ ਆਫ ਕਲਚਰ ਹੋਵੇ, ਕੋਈ ਡਾਇਰੈਕਟੋਰੇਟ ਜਨਰਲ ਆਫ ਲੋਕਾਈ ਨਾਲ ਲੱਗ ਗਿਆ ਤੇ ਡਾਇਰੈਕਟੋਰੇਟ ਜਨਰਲ ਆਫ ਆਰਕਾਈਵਸ ਹੋਵੇ, ਕੋਈ ਇਹ ਕੀ ਨਾਂ ਹੈ ਮੁਫਤੀ, ਤੂੰ ਇਹ ਕੀ ਨਾਂ ਰੱਖ ਲਿਆ ਲੋਕ ਵਿਰਸਾ, ਜਾ ਜਾ ਤੈਨੂੰ ਕੋਈ ਪੈਸੇ ਨੀ ਮਿਲਣੇ। ਲਓ ਜੀ 9 ਸਾਲ ਤੇ ਮੈਨੂੰ ਪੈਸਾ ਹੀ ਨੀ ਲੱਭਿਆ, ਠੀਕ 10 ਸਾਲ। ਹਾਂ, ਉਦੋਂ ਬਾਅਦ ਜਦੋਂ ਪੈਸਾ ਮਿਲਣਾ ਵੀ ਸ਼ੁਰੂ ਹੋਇਆ,
ਤੇ ਉਹਨੂੰ ਜਾ ਕੇ ਕਹੋ ਡਿਵੀਜ਼ਨਲ ਸੈਕਟਰੀ ਨੂੰ, ਮੰਗਣਦੇ ਹੀ ਨਾ ਮੰਗਦੇ, ਉਹਨੂੰ ਕਹੋ ਜੀ ਪੈਸੇ ਦਿਓ ਅਸੀਂ ਆਰਕਾਈਵ ਬਣਾਉਣੀ ਹੈ। ਤੇ ਉਹ ਅੱਗੋਂ ਜਵਾਬ ਆਉਂਦਾ ਸੀ, ਮੁਫਤੀ ਸਾਹਿਬ ਆਪਕੋ ਪਤਾ ਨਹੀਂ ਹਮ ਬੜੇ ਗਰੀਬ ਮੁਲਕ ਹੈ, ਯਹਾਂ ਖਾਣੇ ਕੋ ਰੋਟੀ ਨਹੀਂ ਹੈ, ਆਪ ਯੇ ਗਾਣਾ ਬਜਾਨਾ ਯੇ ਕਿਆ ਕਰੇਂਗੇ, ਆਪ ਯੇ 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 ਆਪ ਯੇ ਸਕਾਫਤ ਕਰੇਂਗੇ। ਸਰ ਯੇ ਇੱਕ ਮਸਲਾ ਇਹ ਹੈ ਕਿ ਸਾਡੀ ਕੌਮ ਦੇ ਜ਼ਿਹਨ ਦੇ ਵਿੱਚ ਸਕਾਫਤ ਨਾਚ ਗਾਣਾ ਹੈ, ਇਹਦੋਂ ਅੱਗੇ ਹੈ ਹੀ ਨਹੀਂ। ਉਹ ਮਸਲੇ ਦੇ 40 ਸਾਲ ਲੱਗ ਗਏ ਇਹ ਸਮਝਾਉਣ ਚ ਕਿ ਭਾਜੀ ਸਕਾਫਤ ਜਿਹੜੀ ਆ ਇਹਦੋਂ ਅੱਗੋਂ ਸ਼ੁਰੂ ਹੁੰਦੀ ਹੈ, ਇਲਮ ਅਦਬ ਹੁਨਰ ਇਹ ਸਭ ਸਕਾਫਤ ਚ ਸ਼ਾਮਿਲ ਹਨ, ਕਿਤਾਬ ਉਧਰ ਧਿਆਨ ਹੀ ਨਹੀਂ ਗਿਆ। ਤੇ ਇਸ ਵਾਸਤੇ ਕੰਸਲਟੈਂਸੀ ਹੁਣ ਕੀ ਕਰਨੀ ਹੈ, ਕਿਸੇ ਨੂੰ ਲੋੜ ਹੀ ਨਹੀਂ ਹੈ ਸਕਾਫਤ ਦੀ। ਤੇ ਅਸੀਂ ਫਿਰ ਘਰ ਬੈਠ ਕੇ ਨਾ, ਤੇ ਮੈਂ ਸੋਚ ਸੋਚ ਕੇ, ਤੇ ਫਿਰ ਮੈਂ ਕਿਹਾ ਹੁਣ ਮੈਂ ਕੀ ਕਰ ਸਕਦਾ, ਤੇ ਮੈਂ ਸੋਚਿਆ ਮੈਂ ਇਹ ਕਰ ਸਕਦਾ ਕਿ ਜੋ ਕੁਛ ਮੇਰੇ ਕੋਲ ਜੋ ਮੈਂ ਸਿੱਖਿਆ ਚੰਗਾ ਹੈ ਭੈੜਾ ਹੈ ਜੋ ਵੀ ਹੈ ਉਹ ਮੈਂ ਲਿਖ ਜਾਵਾਂ। ਤੇ ਮੈਂ ਜਦੋਂ ਦਾ ਰਿਟਾਇਰ ਹੋਇਆ, ਮੈਂ ਕੋਈ 2008 ਚ ਰਿਟਾਇਰ ਹੋਇਆ, ਅੱਜ ਕੋਈ ਮੈਨੂੰ 10-12 ਸਾਲ ਹੋ ਗਏ ਨੇ, ਮੈਂ ਜੋ ਕੋਈ 7-8 ਕਿਤਾਬਾਂ ਲਿਖ ਛੱਡੀਆਂ ਤੇ ਹੁਣ ਵੀ ਲਿਖ ਰਿਹਾ। ਤੇ ਸਕਾਫਤ ਤੇ ਮੈਂ 2 ਕਿਤਾਬਾਂ ਲਿਖੀਆਂ ਨੇ। ਅੱਛਾ ਉਹ ਇਹਨਾਂ ਕਿਤਾਬਾਂ ਦਾ ਲਿਖਣ ਦਾ ਵੀ ਫਾਇਦਾ ਕੋਈ ਨਹੀਂ, ਇੱਕ ਤੇ ਕਿਤਾਬ ਪੜ੍ਹਦੇ ਨਹੀਂ, ਅੱਜ ਕੱਲ੍ਹ ਬੱਚੇ ਸਾਡੇ ਨੈਟ ਦੇ ਉੱਤੇ ਜਾਂਦੇ ਨੇ, ਤੇ ਨੈਟ ਤੇ ਅਸੀਂ ਹੈ ਹੀ ਨਹੀਂ, ਨੈਟ ਤੇ ਸਾਡੇ ਮੁਖਾਲਿਫ ਹੀ ਸਾਰੀਆਂ ਗੱਲਾਂ, ਤੇ ਬੱਚੇ ਤੇ ਨੈਟ ਪੜ੍ਹ ਰਹੇ, ਸਾਨੂੰ ਤੇ ਨੈਟ ਤੇ ਜਾਣਾ ਪਏਗਾ, ਸਾਨੂੰ ਤੇ ਆਪਣੀਆਂ ਈ ਬੁੱਕ ਔਰ ਇਹ ਜੋ ਲੇਟੈਸਟ ਟੈਕਨੋਲੋਜੀ ਹੈ ਉਹ ਅਪਣਾਉਣੀ ਪਏਗੀ। ਟੈਕਨੋਲੋਜੀ ਤੋਂ ਬਗੈਰ ਤੇ ਅਸੀਂ ਆਪਣਾ ਫਰੋਗ ਨਹੀਂ ਦੇ ਸਕਦੇ ਆਪਣੇ ਆਪ ਨੂੰ, ਸਕਾਫਤ ਦਾ ਫਰੋਗ ਉਹ ਕਿਸ ਤਰ੍ਹਾਂ ਦਿਆਂਗੇ, ਅਸੀਂ ਸੰਭਾਲੀ ਹੀ ਨਹੀਂ ਤੇ ਫਰੋਗ ਕਿੰਜ ਦਿਆਂਗੇ। ਇਸ ਵਾਸਤੇ ਕਿਤਾਬਾਂ ਲਿਖ ਦਿੱਤੀਆਂ ਨੇ, ਹੋ ਸਕਦਾ ਹੈ ਕਿ ਅੱਗੇ ਵਕਤਾਂ ਚ ਆ ਕੇ ਇਹ ਸ਼ਾਇਦ ਕਿਸੇ ਤਾਲੀਮਗਾਹ ਨੂੰ ਪਸੰਦ ਆ ਜਾਣ, ਉਹ ਚੁੱਕ ਕੇ ਆਪਣੇ ਕੈਰੀਕੁਲਮ ਚ ਲਾ ਲੈਣ, ਠੀਕ ਹੈ, ਜਾਂ ਫਿਰ ਮੈਂ ਲੈਕਚਰ ਦੇ ਦਿੰਦਾ ਜਾ ਕੇ। ਕੋਈ ਪਾਕਿਸਤਾਨ ਦੀਆਂ ਯੂਨੀਵਰਸਿਟੀਆਂ ਤੇ ਘੱਟ ਬੁਲਾਉਂਦੀਆਂ ਨੇ, ਬਾਹਰ ਦੀਆਂ ਯੂਨੀਵਰਸਿਟੀਆਂ ਬਹੁਤ ਬੁਲਾਉਂਦੀਆਂ। ਤੁਹਾਨੂੰ ਕੱਟ ਕਰ ਰਹੀ ਹਾਂ ਇੱਥੇ, ਤੇ ਇਹ ਤੇ ਹੋਰ ਵੀ ਤਕਲੀਫ ਦੀ ਗੱਲ ਹੈ, ਮਤਲਬ ਠੀਕ ਹੈ ਬਾਹਰ ਦੀਆਂ ਯੂਨੀਵਰਸਿਟੀਆਂ ਤੁਹਾਡੇ ਕੋਲੋਂ ਫਾਇਦਾ ਲੈ ਰਹੀਆਂ, ਤੇ ਆਪਣੀਆਂ ਪਾਕਿਸਤਾਨ ਦੀਆਂ ਯੂਨੀਵਰਸਿਟੀਆਂ ਇੱਕ ਇੱਕ ਹੀਰਾ ਬੈਠਾ, ਇੱਕ ਇਲਮ ਦਾ ਖਜ਼ਾਨਾ, ਔਰ 40 ਸਾਲ ਉਹ ਬੰਦਾ ਤੇ ਅੱਜ ਕੀਤੀ ਹੈ ਨਾ ਕਿ ਸਕਾਫਤ ਦੀ ਅਹਿਮੀਅਤ ਨਹੀਂ ਸਮਝਦੇ। ਉਹ ਕਹਿੰਦੇ ਨੇ ਸਿਆਸਤ ਤੇ ਗੱਲ ਕਰੋ, ਇਹ ਸਾਡੇ ਟੀਵੀ ਤੇ ਦੇਖ ਲਓ, ਪਾਕਿਸਤਾਨ ਟੀਵੀ ਲਾਓ 6 ਵਜੇ ਤੋਂ ਲੈ ਕੇ ਰਾਤ ਦੇ 12 ਵਜੇ ਤੱਕ ਇੱਕ ਸਿਆਸੀ ਲੜਾਈ 2 ਫਰੀਕਾਂ ਦੇ ਵਿੱਚ ਹੋ ਰਹੀ ਹੁੰਦੀ, ਜਿਹੜੇ ਇੱਕ ਦੂਜੇ ਦਾ ਗਲਾ ਖੋ ਰਹੇ ਗਿਰੇਬਾਨ ਫਾੜ ਰਹੇ ਹੁੰਦੇ। ਅੱਛਾ ਤੰਗ ਹੀ ਨਹੀਂ ਆਉਂਦੇ, ਉਹ ਸਾਲਾ ਸਾਲ 38 ਚੈਨਲ ਰੋਜ਼ ਇਹੀ ਕਰਦੇ ਨੇ। ਉਹ ਖੁਦਾ ਦਾ ਨਾਮ ਮੰਨੋ, ਉਹ ਯਾਰ ਤੁਸੀਂ ਕੋਈ 5 ਚੈਨਲ ਵਿੱਚੋਂ ਸਕਾਫਤ ਤੇ ਲਾ ਦਿਓ, 5 ਨਾ ਸੀ 2 ਲਾ ਦਿਓ, ਨਾ ਖਿਆਲ ਹੀ ਨਹੀਂ ਹੈ, ਜ਼ਿਹਨ ਚ ਨਹੀਂ ਆਉਂਦਾ ਇਸ ਕੌਮ ਦੇ। ਤੇ ਇਹ ਕੀ ਕਰੀਏ, ਲਿਹਾਜ਼ਾ ਮਸਲਾ ਇਹ ਹੈ ਕਿ ਫਿਰ ਤੰਗ ਆ ਕੇ ਘਰ ਬਹਿ ਜਾਓ, ਤੇ ਬਹਿ ਕੇ ਤੇ ਥੋੜੀ ਜਿੰਨੀ ਸਵਾਹ ਜਿਹੜੀ ਹੈ ਉਹ ਆਪਣੇ ਸਿਰ ਦੇ ਉੱਤੇ ਮੱਲ ਲਓ, ਬੁੱਧੀ ਸਾਧੂਆ ਬੰਦਾ, ਤੇ ਆਲਤੀ ਪਾਲਤੀ ਮਾਰ ਲਓ, ਤੇ ਲਿਖਣ ਲਿਖਾਣ ਦਾ ਕੰਮ ਜਿਹੜਾ ਸਾਡੇ ਪਿਓ ਦਾਦੇ ਦਾ ਕੰਮ ਹੈ ਉਹ ਕਰੋ, ਠੀਕ ਹੈ ਨਾ। ਤੇ ਚੂੰਕਿ ਕੌਮ ਨੂੰ ਜ਼ਰੂਰਤ ਨਹੀਂ ਹੈ ਸਕਾਫਤੀ ਕੰਮ ਦੀ, ਉਹ ਤਾਂ ਕੋਈ ਵਕਤ ਸੀ ਮੁਸ਼ਰਫ ਨੂੰ ਲੋੜ ਪੈ ਗਈ ਸੀ, ਉਹਨੂੰ ਵੀ ਕੋਈ ਸਕਾਫਤ ਦੀ ਲੋੜ ਨਹੀਂ ਸੀ, ਉਹਦਾ ਮਸਲਾ ਸੀ, ਉਹਦਾ ਮਸਲਾ ਇਹ ਸੀ ਕਿ ਅਫਗਾਨਿਸਤਾਨ ਚ ਜੰਗ ਹੋ ਗਈ, ਸਾਡਾ ਮੁਲਕ ਹਿਲਦਾ ਨੀ ਜਦ ਤੱਕ ਕੋਈ ਸਿਆਸੀ ਕੰਮ ਨਾ ਹੋਵੇ, ਜੰਗ ਹੋ ਗਈ, ਤੇ ਉਸ ਜੰਗ ਦੀ ਵਜ੍ਹਾ ਨਾਲ ਇੱਥੇ ਸ਼ਟਲ ਡਿਪਲੋਮੇਸੀ ਸ਼ੁਰੂ ਹੋ ਗਈ। ਬਰਤਾਨੀਆ ਦਾ ਪ੍ਰਾਈਮ ਮਿਨਿਸਟਰ ਉੱਡ ਕੇ ਆਇਆ, ਸਵੇਰੇ 2 ਘੰਟੇ ਇੱਥੇ ਰਿਹਾ, 3 ਘੰਟੇ ਅਫਗਾਨਿਸਤਾਨ ਚਲਾ ਗਿਆ, 4 ਘੰਟੇ ਹਿੰਦੁਸਤਾਨ ਚਲਾ ਗਿਆ, ਤੇ ਉੱਡ ਕੇ ਸ਼ਾਮ ਨੂੰ ਵਾਪਸ ਚਲਾ ਗਿਆ, ਤੇ ਅਮਰੀਕਾ ਤੋਂ ਰੋਜ਼ 2 ਬੰਦੇ ਆ ਗਏ। ਤੇ ਮੁਸ਼ਰਫ ਨੂੰ ਪੈ ਗਈ ਮੁਸੀਬਤ 2 ਗੱਲਾਂ ਦੀ, ਇੱਕ ਤੇ ਇਹ ਗੱਲ ਉਹਨੂੰ ਮੁਸੀਬਤ ਪੈ ਗਈ ਕਿ ਉਹਨਾਂ ਨੇ ਕਿਹਾ ਕਿ ਤੁਸੀਂ ਤਾਂ ਟੈਰਰਿਸਟ ਮੁਲਕ ਹੋ, ਤੇ ਮੁਸ਼ਰਫ ਨੇ ਕਿਹਾ ਨਹੀਂ ਨਹੀਂ ਨਹੀਂ
ਉਹਨੇ ਕਿਹਾ ਨਹੀਂ ਜੀ ਸੋਫਟ ਇਮੇਜ ਜਿਹੜੀ ਆ ਉਹ ਪ੍ਰੋਜੈਕਟ ਕਰਨੇ ਅਸੀਂ। ਉਹਦੀ ਪੋਲੀਟੀਕਲ ਜ਼ਰੂਰਤ ਸੀ, ਉਹਦਾ ਆਪਣਾ ਆਪਣਾ ਉਹ ਸਸਟੇਨ ਨਹੀਂ ਕਰ ਸਕਦਾ ਸੀ ਆਪਣੀ ਆਪਣੇ ਰਾਜ ਨੂੰ, ਲਿਹਾਜ਼ਾ ਉਹਨੂੰ ਲੋੜ ਪੈ ਗਈ। ਤੇ ਦੂਜੀ ਗੱਲ ਇਹ ਹੈ ਕਿ ਜਿਹੜੇ ਬੰਦੇ ਆਉਂਦੇ ਸਨ ਉਹਨੂੰ ਦਿਖਾਉਣ ਨੂੰ ਕੁਛ ਨਹੀਂ ਸੀ ਪਾਕਿਸਤਾਨ 'ਚ, ਇਹ ਆਉਂਦੇ ਸਨ ਸਿਰਫ ਇਸਲਾਮਾਬਾਦ। ਤੇ ਇਹਨੇ ਮੁਸ਼ਰਫ ਨੇ ਸਾਨੂੰ ਬੁਲਾਇਆ, ਮੈਨੂੰ ਵੀ ਬੁਲਾ ਲਿਆ, ਔਰ ਮੈਨੂੰ ਕਿਹਾ ਕਿ ਬਈ ਮੁਫਤੀ ਇਹ ਦੱਸ ਕਿ ਬੰਦੇ ਆਉਂਦੇ ਨੇ ਦੋ ਦੋ ਘੰਟੇ ਲਈ ਤਿੰਨ ਤੇ ਅਸੀਂ ਉਹਨੂੰ ਕੀ ਵਿਖਾਈਏ। ਤੇ ਮੈਂ ਉਹਨੂੰ ਕਿਹਾ ਕਿ ਤੁਸੀਂ ਮਿਊਜ਼ੀਅਮ ਬਣਾਓ, ਤੁਸੀਂ ਦੋ ਐਸੇ ਮਿਊਜ਼ੀਅਮ ਬਣਾਓ ਜਿਹੜਾ ਕੁੱਲ ਪਾਕਿਸਤਾਨ ਦਿਖਾਏ। ਉਹਨੇ ਕਿਹਾ ਨਹੀਂ ਮਿਊਜ਼ੀਅਮ। ਮੈਂ ਕਿਹਾ ਦੇਖੋ ਗੱਲ ਇਹ ਹੈ ਕਿ ਜਿੰਨੇ ਮਿਊਜ਼ੀਅਮ ਪਾਕਿਸਤਾਨ 'ਚ ਅੱਜ ਤੱਕ ਬਣੇ ਨੇ ਉਹ ਅੰਗਰੇਜ਼ਾਂ ਨੇ ਬਣਾਏ, ਔਰ ਉਹਨਾਂ ਦਾ ਤਾਲੁਕ ਸਾਡੀ ਕਦੀਮ ਸਿਵਿਲਾਈਜੇਸ਼ਨ ਨਾਲ ਹੈ। ਪਾਕਿਸਤਾਨ, ਮੌਜੂਦਾ ਪਾਕਿਸਤਾਨ ਨਾਲ ਕਿਸੇ ਮਿਊਜ਼ੀਅਮ ਦਾ ਤਾਲੁਕ ਨਹੀਂ। ਕੋਈ ਇੱਕ ਜਗ੍ਹਾ ਐਸੀ ਨਹੀਂ ਹੈ ਜਿੱਥੇ ਬਾਹਰ ਦਾ ਬੰਦਾ ਆਵੇ ਪਾਕਿਸਤਾਨੀ ਓਵਰਸੀਜ਼, ਤੇ ਇੱਕ ਜਗ੍ਹਾ ਦੇ ਉੱਤੇ ਆ ਕੇ ਕੋਈ 25, 40, 30, 28 ਗੈਲਰੀਆਂ ਦੇ ਵਿੱਚ ਦੇਖੇ ਕਿ ਪਾਕਿਸਤਾਨ ਹੈ। ਉਹ ਅੱਲਾ ਦੀ ਮਿਹਰਬਾਨੀ ਹੈ, ਉਹਨੂੰ ਗੱਲ ਲੜ ਗਈ। ਉਹਨੇ ਕਿਹਾ ਫਿਰ ਮੁਫਤੀ ਕੌਣ ਬਣਾਏਗਾ? ਮੈਂ ਕਿਹਾ ਮੈਂ ਬਣਾਵਾਂਗਾ। ਬੜੇ ਬੰਦੇ ਹੋਰ ਬੈਠੇ ਸਨ, ਉਹਨੇ ਕਿਹਾ ਨਹੀਂ ਨਹੀਂ ਸਰ, ਹਮ ਇਸਮੇ ਸੇ ਫੋਰਨ ਕੰਸਲਟੈਂਟਸ ਬੁਲਾਏਂਗੇ, ਹਮ ਫੋਰਨ ਐਕਸਪਰਟਸ ਬੁਲਾਏਂਗੇ। ਇਹ ਸਾਡੀ ਥਿੰਕਿੰਗ ਹੈ ਹਾਂਜੀ ਹਾਂਜੀ ਸ਼ਗੁਪਤਾ, ਇਹ ਸਾਡੀ ਸੋਚ ਹੈ। ਮੈਂ ਉਹਨਾਂ ਜਰਨੈਲਾਂ ਦੇ ਨਾਂ ਨਹੀਂ ਲੈਣਾ ਚਾਹੁੰਦਾ ਜਿਨ੍ਹਾਂ ਨੇ ਕਿਹਾ ਅਸੀਂ ਬਾਹਰੋਂ ਐਕਸਪਰਟ ਬੁਲਾਵਾਂਗੇ, ਮੁਫਤੀ ਨਹੀਂ ਬਣਾਏਗਾ। ਅਸੀਂ ਨਹੀਂ ਨਾਂ ਲੈਣੇ, ਸਾਨੂੰ ਛੱਡੋ ਪਰਾਂ, ਤੁਹਾਡੀਆਂ ਸੱਚੀਆਂ ਗੱਲਾਂ ਸਾਨੂੰ ਬਹੁਤੀਆਂ, ਆਡੀਅੰਸ ਜਿਹੜੀ ਹੈ ਨਾ ਦੇਖ ਲਓ, ਲੋਕੀ ਕਹਿ ਰਹੇ ਨੇ, ਕਲਵੰਤ ਢਿੱਲਾ ਢਿੱਲੋਂ ਕਹਿ ਰਹੀਆਂ ਨੇ ਕਿ ਇੰਨੀ ਰਿਐਲਿਟੀ ਔਰ ਇੰਨੀਆਂ ਸੱਚੀਆਂ ਗੱਲਾਂ, ਸਮਾਈਲੀ ਪਰਸਨੈਲਿਟੀ, ਮਾਸ਼ਾਅੱਲਾ ਮਾਸ਼ਾਅੱਲਾ। ਮੋਹਸਿਨ ਫਰੀਦੁਦੀਨ ਕਹਿੰਦੇ ਪਏ ਨੇ ਕਿ ਸਾਡੀ ਨੇਸ਼ਨ ਨੂੰ ਤੁਹਾਡੇ ਵਗਰੇ ਬੰਦਿਆਂ ਦੀ ਹਾਲੇ ਵੀ ਬਹੁਤ ਜ਼ਰੂਰਤ ਹੈ। ਦੇਖੋ ਪਿਆਰ, ਦੇਖੋ ਤੁਹਾਡੇ ਵਾਸਤੇ ਪਿਆਰ ਹੋਰ ਵੀ ਕਾਫੀ ਲੋਕ ਕਰ ਰਹੇ ਨੇ, ਔਰ ਮੈਂ ਯਕੀਨ ਕਰੋ, ਹਾਂ ਨਵਰੋਹੀ ਸਾਡੇ ਨਾਲ ਇੱਕ ਇੰਡੀਆ ਤੋਂ ਵੀ ਜੁੜੇ ਨੇ, ਉਹਨਾਂ ਨੇ ਵੀ ਸ਼ੋਅ ਤੇ ਤੁਹਾਡੀਆਂ ਗੱਲਾਂ ਬਾਤਾਂ ਪਸੰਦ ਕਰ ਰਹੇ। ਮੈਂ ਇਸੇ ਵਜ੍ਹਾ ਨਾਲ, ਮੈਂ ਚਾਹੁੰਦੀ ਹਾਂ ਤੁਸੀਂ ਜੋ ਕਹਿ ਰਹੇ ਹੋ ਲੋਕ ਸੁਣਨਾ ਚਾਹੁੰਦੇ ਆ ਉਹੀ ਸੱਚ ਆ, ਤੇ ਅਸੀਂ ਕਿਸੇ ਦਾ ਨਾਂ ਕੀ ਲੈਣਾ ਜੀ, ਕਿ ਕਈਆਂ ਨੇ ਕਿਹਾ ਕਿ ਬਾਹਰੋਂ ਕੰਸਲਟੈਂਟ ਕਰਵਾਈਏ। ਜੇ ਉਹਨਾਂ ਦਾ ਖਿਆਲ ਸੀ ਤੇ ਬਾਹਰੋਂ ਕੰਸਲਟੈਂਟ ਲਿਆਣ, ਤੇ ਪਹਿਲੀ ਵਾਰੀ ਮੈਂ ਰਿਟਾਇਰ ਹੋ ਗਿਆ ਹੋਇਆ ਸਾਂ, ਮੈਨੂੰ ਕੋਈ ਖੌਫ ਨਹੀਂ ਸੀ। ਤੇ ਘਰ ਦੇ ਦਾਣਿਆਂ ਦਾ ਖੌਫ ਕਿੰਨੀ ਕੁ ਦੇਰ ਕਰੀਏ ਜੀ, ਹੈ ਪਿਓ ਮੇਰਾ ਗਰੀਬ ਆਦਮੀ, ਪਿਓ ਮੇਰਾ ਗਰੀਬ ਆਦਮੀ ਸੀ। ਤੁਹਾਨੂੰ ਘੱਟ ਬੰਦੇ ਮਿਲਣਗੇ, ਇਹ ਰੇਡੀਓ ਚ ਸ਼ੁਰੂ ਸ਼ੁਰੂ ਚ ਬੰਦੇ ਸਨ ਜਿਹੜੇ ਕਲਮ ਨਾਲ ਰੋਜ਼ੀ ਕਮਾਉਂਦੇ ਸਨ। ਤੁਸੀਂ ਮੈਨੂੰ ਅੱਜ ਕਲਮ ਨਾਲ ਰੋਜ਼ੀ ਕਮਾ ਕੇ ਦਿਖਾਓ। ਹਾਂਜੀ, ਉਹ ਗਿੰਮੀ ਸਾਹਿਬ ਵੀ ਉਹੀ ਸੀ ਜੀ, ਤੁਹਾਨੂੰ ਪਤਾ ਮੇਰੇ ਆਪਣੇ ਵਾਲਿਦ ਸਾਹਿਬ ਜਿਹੜੇ ਨੇ, ਉਹਨਾਂ ਨੇ ਕਲਮ ਨਾਲ, ਪੱਲਿਓਂ ਜੀ ਕੋ ਦੋ ਪੈਸੇ ਹੋਏ ਨੇ ਤੇ ਉੱਥੇ ਕੰਮ ਕੀਤਾ ਉਹਨਾਂ ਨੇ ਰੇਡੀਓ ਵਾਸਤੇ ਪੱਲਿਓਂ ਲਾ ਕੇ। ਹਾਂਜੀ, ਮੁਮਤਾਜ਼ ਮੁਫਤੀ ਜਿਹੜੇ ਨੇ ਉਹ ਕਲਮ ਨਾਲ ਰੋਜ਼ੀ ਕਮਾਉਂਦੇ ਸਨ, ਰੋਜ਼ੀ ਕਮਾ ਲੈਂਦੇ ਸਨ। ਲਿਹਾਜ਼ਾ ਮੁਮਤਾਜ਼ ਮੁਫਤੀ ਗਰੀਬ ਆਦਮੀ ਸੀ, ਔਰ ਗਰੀਬ ਤਬੀਅਤ, ਫਕੀਰ ਆਦਮੀ ਸੀ। ਅਸੀਂ ਹੁਣ ਉਹਨਾਂ ਦੇ, ਮੈਂ ਉਹਨਾਂ ਦਾ ਪੁੱਤਰ ਹਾਂ, ਤੇ ਮੇਰੇ ਜ਼ਿਹਨ ਦੇ ਵਿੱਚ ਤੇ ਕੋਈ ਵੱਡੀਆਂ ਅਯਾਸ਼ੀਆਂ ਜਿਹੜੀਆਂ ਅੱਜ ਕੱਲ ਦੀ ਜਿਹੜੀ ਹੈ ਫੈਸ਼ਨ ਵੂਸ਼ਨ, ਉਹ ਆਉਂਦੇ ਹੀ ਨਹੀਂ। ਮੈਂ ਮਕਸਦ ਮੇਰੇ ਅੰਦਰ ਹੀ ਨਹੀਂ ਇਹੋ ਜਿਹਾ ਕੰਮ। ਤੇ ਉਹ ਗੱਲ ਇਹ ਹੋ ਰਹੀ ਸੀ ਕਿ ਮਿਊਜ਼ੀਅਮ ਦਾ ਪ੍ਰੋਜੈਕਟ ਤੁਹਾਨੂੰ ਦੇ ਦਿੱਤਾ। ਹਾਂ, ਉਹਨਾਂ ਨੇ ਕਿਹਾ ਜੀ, ਮੈਨੂੰ ਆ ਗਿਆ ਗੁੱਸਾ, ਹਾਲਾਂਕਿ ਸਾਰੇ ਬੰਦੇ ਬੈਠੇ ਸਨ ਉੱਥੇ, ਫੌਜ ਵੀ ਸੀ, ਸਿਵਲ ਬਿਊਰੋਕਰੇਸੀ ਵੀ ਸੀ, ਮੁਸ਼ਰਫ ਚੇਅਰ ਕਰ ਰਿਹਾ ਸੀ। ਮੈਨੂੰ ਗੁੱਸਾ ਆ ਗਿਆ, ਮੈਂ ਖੜੋ ਗਿਆ। ਤੇ ਮੈਂ ਫਿਰ ਅੰਗਰੇਜ਼ੀ ਦੇ ਵਿੱਚ ਕੋਈ ਕਿਹਾ ਵੀ ਬੜਾ ਮਸਲਾ, ਅੰਗਰੇਜ਼ੀ ਬੋਲਣੀ ਪੈਂਦੀ ਹੈ ਇੱਥੇ, ਰੋ ਪੈ ਜਾਂਦਾ ਨਾ ਅੰਗਰੇਜ਼ੀ ਬੋਲ। ਮੈਂ ਫਿਰ ਅੰਗਰੇਜ਼ੀ ਮੈਂ ਸਿਖਾਇਆ ਹੋਇਆ ਸੀ, ਮੈਂ PhD ਵਿੱਚ ਬਾਹਰ ਪੜ੍ਹ ਕੇ ਆਇਆ, ਬੜਾ ਕੁਛ ਪੜ੍ਹਿਆ। ਫਿਰ ਮੈਂ ਉਹਨਾਂ ਨੂੰ ਕਿਹਾ ਕੋਈ ਸ਼ਰਮ ਕਰੋ, ਕੋਈ ਕੋਈ ਸ਼ਰਮ ਕਰੋ, ਕੋਈ ਹਯਾ ਕਰੋ, ਤੁਹਾਨੂੰ ਸ਼ਰਮ ਨਹੀਂ ਆਉਂਦੀ? ਬਿਲਕੁਲ ਇਹੀ ਕਿਹਾ ਮੈਂ, ਤੁਸੀਂ ਪਾਕਿਸਤਾਨ ਦਾ ਮਿਊਜ਼ੀਅਮ ਫੋਰਨ ਐਕਸਪਰਟ ਕੋਲੋਂ ਬਣਵਾਓਗੇ ਤੇ ਜਾਓ ਫਿਰ ਬਣਾਓ ਹੀ ਨਾ, ਇਹ ਤੋਂ ਚੰਗਾ ਬਿਹਤਰ ਹੀ ਹੈ। ਅਗਰ ਤੁਸੀਂ ਆਪਣਾ ਮਿਊਜ਼ੀਅਮ ਵੀ ਨਹੀਂ ਬਣਾ ਸਕਦੇ ਤੇ ਫਿਰ ਯਾਰ ਸਾਡੀ ਜ਼ਹਿਨੀਅਤ ਜਿਹੜੀ ਹੈ ਉਹ ਇੰਨੀ ਖਰਾਬ ਹੋ ਗਈ। ਫਿਰ ਕਹਿੰਦੇ ਨੇ, ਉਹਨੇ ਕਿਹਾ ਮੁਸ਼ਰਫ ਨੇ ਕਿਹਾ, ਅੱਛਾ ਤੇ ਫਿਰ ਕੌਣ ਬਣਾਏਗਾ? ਮੈਂ ਕਿਹਾ ਮੈਂ ਬਣਾਵਾਂਗਾ। ਕਹਿੰਦਾ ਹੈ? ਕਿਹਾ ਹਾਂ ਮੈਂ ਬਣਾਵਾਂਗਾ।
ਕਹਿੰਦਾ ਅੱਛਾ ਫਿਰ ਤੇਰੇ ਕੋਲ 1 ਸਾਲ ਹੈ ਬਣਾਉਣ ਨੂੰ। ਮੈਂ ਕਿਹਾ ਨਹੀਂ ਸਰ, 5 ਸਾਲ ਦਾ ਕੰਮ 1 ਸਾਲ ਚ ਤੇ ਨਹੀਂ ਹੋ ਸਕਦਾ। ਅੱਛਾ ਬਹਰਹਾਲ ਮਕਸਦ ਇਹ ਸੀ ਕਿ ਉਹ ਮਿਊਜ਼ੀਅਮ ਵੀ ਨਹੀਂ ਬਣਨੇ ਸਨ, ਇੰਨੀਆਂ ਔਕੜਾਂ ਸਨ। ਉਹ ਵੀ ਇਸ ਵਾਸਤੇ ਬਣ ਗਏ ਕਿ ਉਹ ਇੱਕ ਸਿਆਸੀ ਜ਼ਰੂਰਤ ਸੀ ਉਸ ਵੇਲੇ ਦੀ। ਤੇ ਮੈਂ ਤੇ ਉਸਾਮਾ ਬਿਨ ਲਾਦਨ ਤੇ ਅਫਗਾਨਿਸਤਾਨ ਦਾ ਬੜਾ ਸ਼ੁਕਰੀਆ ਅਦਾ ਕਰ। ਅਗਰ ਉਸਾਮਾ ਬਿਨ ਲਾਦਨ ਨਾ ਹੁੰਦਾ ਤੇ ਮੇਰਾ ਮਿਊਜ਼ੀਅਮ ਨਹੀਂ ਬਣਨਾ ਸੀ। ਉਹਦੇ ਖੌਫ ਮਾਰਿਆ ਅਫਗਾਨਿਸਤਾਨ ਦੇ ਜਿਹੜੀ ਟੈਰਰਿਜ਼ਮ ਹੈ ਨਾ, ਤਾਲਿਬਾਨ ਦੇ ਖੌਫ ਮਾਰਿਆ, ਉਹ ਸਾਡੀ ਹਕੂਮਤ ਨੇ ਪਹਿਲੀ ਵਾਰੀ ਸੋਚਿਆ ਕਿ ਨਹੀਂ ਨਹੀਂ ਯਾਰ ਕੋਈ ਸਕਾਫਤੀ ਕੰਮ ਕਰਕੇ ਵਿਖਾਓ ਤੇ ਦੁਨੀਆਂ ਨੂੰ ਵਿਖਾਓ ਕਿ ਨਹੀਂ 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 ਅਸੀਂ ਟੈਰਰਿਸਟ ਨਹੀਂ ਆ, ਸਾਡੇ ਕੋਲ ਸਕਾਫਤ ਵੀ ਹੈ। ਤੇ ਇਸ ਵਜ੍ਹਾ ਨਾਲ ਬਣ ਗਏ। ਉਦੋਂ ਬਾਅਦ ਫਿਰ ਭੁੱਲ ਗਏ ਕਿਹੜੀ ਸਕਾਫਤ ਤੇ ਕਿੱਥੋਂ ਦੀ ਸਕਾਫਤ। ਕੀ ਵਜ੍ਹਾ ਹੈ ਅਕਸੀ ਭਾਈ, ਕੀ ਵਜ੍ਹਾ ਹੈ, ਕਿਉਂ? ਕਿਉਂਕਿ ਤੁਸੀਂ ਦੇਖੋ ਇਹ ਜਿਹੜਾ ਤੁਸੀਂ ਕੁੜਤਾ ਪਾਇਆ ਹੈ, ਇਹ ਤੁਹਾਡੀ ਮੈਂ ਕਸ਼ੀਦਾ ਕਰੀ, ਕਿਉਂਕਿ ਮੈਂ ਇਸ ਵਕਤ ਇੰਗਲੈਂਡ ਚ ਬੈਠੀ ਹਾਂ ਨਾ, ਮਤਲਬ ਓਵਰਸੀਜ਼ ਪਾਕਿਸਤਾਨੀ ਆ ਨਾ। ਤੇ ਅੱਛਾ ਤੁਸੀਂ ਦੇਖੋ ਕਿ ਇਹ ਜਿਹੜਾ ਕਲਚਰ ਹੈ ਕਢਾਈ ਦਾ, ਜਿਹੜਾ ਤੁਸੀਂ ਕਹਿ ਰਹੇ ਹੋ, ਦੂਸਰਾ ਮੁਖਤਲਿਫ ਸ਼ਹਿਰਾਂ ਦਾ ਤੁਸੀਂ ਨਾਂ ਲਿਆ, ਬਹਾਵਲਪੁਰ ਦੀ ਤਾਰਕਸ਼ੀ ਦੀ ਕੋਈ ਚੀਜ਼ ਅਸੀਂ ਇੱਥੇ ਆਪਣੇ ਫਰੈਂਡਸ ਨੂੰ ਦਈਏ ਨਾ, ਜਾਂ ਈਵਨ ਗੋਰਿਆਂ ਨੂੰ ਵੀ, ਉਹ ਉਹਨੂੰ ਜ਼ਿਆਦਾ ਪਸੰਦ ਕਰਦੇ ਆ। ਸਾਡੀ ਆਪਣੀ ਜਿਹੜੀ ਚੀਜ਼ਾਂ ਨੇ, ਹੈ ਨਾ। ਠੀਕ ਕਹਿ ਰਹੇ ਹੋ, ਠੀਕ ਤੇ ਕਹਿ ਰਹੇ ਹੋ। ਫਿਰ ਕੀ ਵਜ੍ਹਾ ਹੈ ਕਿ ਸਾਡੇ ਆਪਣੀਆਂ ਆਪਣੇ ਸਟੇਟ ਕਿਉਂ ਨਹੀਂ ਸਪੋਰਟ ਕਰਦੀ ਆਪਣੇ ਹੀ ਇੰਨੇ ਕਲਚਰ, ਜਿਹੜਾ ਸਾਡਾ ਇੰਨਾ ਰਿਚ ਕਲਚਰ ਆ ਆਪਣਾ ਪਾਕਿਸਤਾਨ? ਸਰ ਮਸਲਾ ਇਹ ਹੈ ਕਿ ਮਸਲਾ ਕੁਛ ਨਹੀਂ ਹੈ, ਸਾਡੇ ਦਿਮਾਗ ਖਰਾਬ ਹੈ। ਅਸੀਂ ਮੈਂਟਲੀ ਕੋਲੋਨਾਈਜ਼ਡ ਬੰਦੇ ਹਾਂ, ਅਸੀਂ ਆਪਣੇ ਆਪ ਤੋਂ ਏਲੀਅਨੇਟ ਹੋ ਗਏ ਹਾਂ। ਸਾਡੀ ਤਾਲੀਮ, ਸਾਡੀਆਂ ਦਰਸਗਾਹਾਂ, ਸਾਡੀਆਂ ਯੂਨੀਵਰਸਿਟੀਆਂ ਪਾਕਿਸਤਾਨੀ, ਸਾਡੇ ਤਾਲਬ ਇਲਮ ਨੂੰ ਪਾਕਿਸਤਾਨੀ ਨਹੀਂ ਬਣਾਉਂਦੀਆਂ। ਤਦੇ ਹੀ ਇਹ ਵਜ੍ਹਾ ਸਾਡੇ ਕੋਲ ਮੁਹਿੱਬੁਲ ਵਤਨੀ ਦਾ ਫੁਕਦਾਨ ਹੈ, ਕਿਉਂਕਿ ਸਾਡੀਆਂ ਤਾਲੀਮ ਗਾਹਾਂ ਜਿਹੜੀਆਂ ਨੇ ਉਹ ਸਾਡੇ ਸਾਨੂੰ ਪ੍ਰਾਈਡ ਨਹੀਂ ਦਿੰਦੀਆਂ ਆਪਣੇ ਵਤਨ ਦੇ ਵਿੱਚ। ਜੇ ਤੁਸੀਂ ਆਪਣੀ ਜ਼ਮੀਨ ਨੂੰ, ਆਪਣੇ ਲੋਕਾਂ ਨੂੰ, ਕੋਈ ਗੱਲ ਨਹੀਂ, ਚਲੋ ਕੋਈ ਗੱਲ ਨਹੀਂ, ਸਾਡੇ 70% ਲੋਕ ਜਿਹੜੇ ਨੇ ਜੇ ਅਨਪੜ੍ਹ ਹਨ ਤਾਂ ਕੀ ਹੋ ਗਿਆ, ਉਹ ਬਦਤਮੀਜ਼ ਤੇ ਨਹੀਂ ਹਨ, ਉਹ ਅਨਪੜ੍ਹ ਦਾ ਮਤਲਬ ਹੈ ਦੇ ਆਰ ਅਨਲੈਟਰਡ। ਉਹਨਾਂ ਕੋਲ 5000 ਸਾਲ ਪੁਰਾਣੀ ਸਿਵਿਲਾਈਜੇਸ਼ਨ ਹੈ, ਉਹਨਾਂ ਨੂੰ ਪਤਾ ਮਾਂ ਨਾਲ ਕਿਸ ਤਰ੍ਹਾਂ ਗੱਲ ਕਰਨੀ ਹੈ, ਉਹਨਾਂ ਨੂੰ ਪਤਾ ਪੁੱਤਰ ਨਾਲ ਕੀ ਗੱਲ ਕਰਨੀ ਹੈ, ਉਹਨਾਂ ਨੂੰ ਪਤਾ ਰਿਸ਼ਤੇਦਾਰੀਆਂ ਕੀ ਹੁੰਦੀਆਂ ਨੇ, ਉਹਨਾਂ ਨੂੰ ਪਤਾ ਮੁਆਸ਼ਰੇ ਦੇ ਵਿੱਚ ਕਿਸ ਤਰ੍ਹਾਂ ਰਹਿਣਾ ਹੈ। ਉਸ ਉਹਨਾਂ ਕੋਲ ਸਿਵਿਲਾਈਜੇਸ਼ਨ ਹੈ ਜਿਹੜੀ ਸਾਡੀ ਤਾਲੀਮ ਤੋਂ ਵੱਡੀ ਚੀਜ਼ ਹੈ, ਤੇ ਅਸੀਂ ਸ਼ਰਮਾਨੇ ਹਾਂ। ਦੇਖੋ ਜੀ, ਓਰਲ ਟ੍ਰੈਡੀਸ਼ਨ ਤੋਂ ਅਸੀਂ ਸ਼ਰਮਾ, ਕਿਉਂਕਿ ਅਸੀਂ ਸੀਨਾ ਬਸੀਨਾ ਰਿਵਾਇਤਾਂ, ਅਸੀਂ ਰਿਟਨ ਕਲਚਰ ਨਹੀਂ ਹੈ। ਠੀਕ, ਤੁਸੀਂ ਓਰਲ ਟ੍ਰੈਡੀਸ਼ਨ ਨੂੰ ਅਗਰ ਸ਼ਰਮਾ ਕੇ ਆਪਣੀ ਸਕਾਫਤ ਚੋਂ ਬਾਹਰ ਕੱਢ ਦਿਓ, ਤੇ ਬੁੱਲਾ ਸ਼ਾਹ ਵੀ ਗਿਆ ਤੇ ਸ਼ਾਹ ਹੁਸੈਨ ਵੀ ਗਿਆ, ਹਾਂਜੀ, ਤੇ ਜਿੰਨੇ ਸੂਫੀ ਸ਼ੋਰਾ ਨੇ ਉਹ ਵੀ ਗਏ, ਤੇ ਬਾਬਾ ਰਹਿਮਾਨ ਵੀ ਗਿਆ, ਤੇ ਸਾਰੀ ਜ਼ੁਬਾਨੀ ਰਿਵਾਇਤ ਹੈ। ਇਹਨਾਂ ਤੇ ਆਪਣੀ ਜ਼ਿੰਦਗੀ ਚ ਲਿਖਿਆ ਹੀ ਕੁਛ ਨੀ। ਸ਼ਾਹ ਲਤੀਫ, ਜਿਹਨੂੰ ਇਹ ਸਿੰਧ ਦਾ ਬਹੁਤ ਵੱਡਾ ਸ਼ਾਇਰ ਸਮਝਦੇ ਹਨ, ਹਕੀਕਤਨ ਹੈ ਵੀ, ਠੀਕ ਹੈ, ਬਹੁਤ ਵੱਡੇ ਸ਼ਾਇਰ ਹਨ ਮਾਸ਼ਾਅੱਲਾ। ਤੇ 200 ਸਾਲ ਤੋਂ ਬਾਅਦ ਉਹ ਤਹਿਰੀਰ ਚ ਆਏ। ਉਹ ਤਹਿਰੀਰ ਚ ਵੀ ਕਿਸ ਤਰ੍ਹਾਂ ਆਏ ਨੇ ਕਿ ਉਹ ਜਿਹੜੇ ਫਕੀਰ ਸਨ ਇੱਕ ਤਾਰੇ ਦੇ ਨਾਲ ਗਾਉਣ ਵਾਲੇ, ਉਹ ਗਾਉਂਦੇ ਫਿਰਦੇ ਸਨ, ਤੇ ਕਿਸੇ ਬੰਦੇ ਨੇ ਉਹਨਾਂ ਕੋਲੋਂ ਉਹਨਾਂ ਦਾ ਕਲਾਮ ਲੈ ਕੇ ਤੇ ਲਿਖ ਲਿੱਤਾ, ਤੇ ਜਦੋਂ ਲਿਖਿਆ ਗਿਆ ਤੇ ਅਸੀਂ ਕਿਹਾ ਵਾਹ ਯਾਰ, ਇਹ ਤਾਂ ਬਹੁਤ ਅਜ਼ੀਮ, ਇਹ ਤੇ ਕਲਾਸਿਕ ਹੈ, ਇਹ ਤੇ ਸਾਡਾ ਹਾਲ ਹੈ। ਸਾਡੀ ਤੇ ਸਾਰੀ ਰਿਵਾਇਤ ਸੀਨਾ ਬਸੀਨਾ ਹੈ, ਕਿਸੇ ਜਗ੍ਹਾ ਤੇ ਨਹੀਂ ਲਿਖੀ ਕਾਂਜੀ ਕਿੰਜ ਪਾਈ ਦੀ ਹੈ, ਕਿਸੇ ਜਗ੍ਹਾ ਬੁਨਿਆਦੀ ਸਕਾਫਤ ਲਿਖੀ ਹੋਈ ਨਹੀਂ ਹੈ। ਤੇ ਜਿਹੜੀ ਕੌਮ ਆਪਣੇ ਅਨਪੜ੍ਹਾਂ ਦੀ ਇੱਜ਼ਤ ਨਾ ਕਰੇ, ਆਪਣੀ ਦਾਦੀ ਕੋਲੋਂ ਸਿੱਖੇ ਨਾ ਕਿ ਸਿਰ ਪੀੜ ਹੋਵੇ ਤੇ ਕੀ ਕਰਨਾ ਹੈ, ਇੱਥੇ ਫੋੜਾ ਨਿਕਲਾ ਤੇ ਪੁਲਟਸ ਕਿਹੜੀ ਬਣਨੀ ਹੈ, ਗਲਾ ਖਰਾਬ ਹੋ ਜਾਏ ਤੇ ਕੀ ਕੰਮ ਕਰ। ਉਹ ਨੈਚੁਰਲ ਕਿਊਰਸ ਜਿਹਦੇ ਤੇ ਹੁਣ ਵੈਸਾ ਇਹ ਜਿਹੜਾ ਵੈਸਟ ਜਿਹੜਾ ਔਰਗੈਨਿਕ ਕਹਿੰਦਾ ਇਹ ਉਹੀ ਹੈ ਨਾ, ਨੈਚੁਰਲ ਕਿਊਰ ਹੀ ਹੈ ਨਾ,
ਉਹੀ ਆ ਸਾਡੇ ਕੋਲੋਂ ਲਿਆ ਐਗਜ਼ੈਕਟ ਸਾਡੇ ਦਾਦੇ ਪੜਦਾਦਿਆਂ ਦੇ ਇਲਾਜ ਹੈ ਸਾਡੇ ਕੋਲੋਂ ਉਹ ਨੇਚਰ ਵੱਲ ਜਿਹੜੇ ਜਾ ਵਾਪਸ ਆ ਰਹੇ ਨੇ ਅਸੀਂ ਨੇਚਰ ਤੋਂ ਦੂਰ ਜਾ ਰਹੇ ਹਾਂ ਬੜੀ ਬਦਕਿਸਮਤੀ ਹੈ ਸਾਡੀ ਅਸੀਂ ਆਪਣੇ ਆਪ ਨੂੰ ਪੁਛਾਣੇ ਨਹੀਂ ਅਸੀਂ ਆਪਣੀ ਕਦਰ ਨਹੀਂ ਕੀਤੀ ਅਸੀਂ ਆਪਣੇ ਤੁਹਾਨੂੰ ਪਤਾ ਚਲੋ ਛੱਡੋ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜੀ ਸਾਡੇ ਕਿੰਨੇ ਸਾਥ ਸਨ ਤੁਹਾਨੂੰ ਪਤਾ ਸਭ ਮਰ ਗਏ ਸਰੰਗੀ ਨਹੀਂ ਰਹੀ ਸਰੋਦ ਨਹੀਂ ਰਹੀ ਸਾਸ਼ਟਾ ਨਹੀਂ ਰਿਹਾ ਮ੍ਰਿਦੰਗ ਨਹੀਂ ਰਹੀ ਸੁਰਬਹਾਰ ਨਹੀਂ ਮੈਂ ਕਿੰਨੇ ਹੀ ਨਾ ਗਿਣਾਉਂਦਾ ਜਾਵਾਂਗਾ ਨਹੀਂ ਰਹੇ ਇਹ ਹਾਲ ਹੈ ਸਾਡਾ ਅਸੀਂ ਆਪਣੇ ਸਾਜ਼ ਮਾਰ ਛੱਡੇ ਨੇ ਸਾਡੇ ਕੋਲ ਸਾਜ਼ ਰਹਿ ਗਏ ਦੋ ਇੱਕ ਤਬਲਾ ਸਿਤਾਰ ਆਖਰੀ ਦਮਾਂ ਤੇ ਹੈ ਦੋ ਜਾਂ ਚਾਰ ਬੰਦੇ ਸਿਤਾਰ ਵਜਾਉਂਦੇ ਨੇ ਕੀ ਕਰੀਏ ਅੱਛਾ ਉਹ ਔਰ ਅਸੀਂ ਖਾਮ ਖਾ ਦਾ ਕਲਾਸੀਕੀ ਮੁਸੀਕੀ ਦੇ ਨਾਲ ਇੰਨੇ ਜਾਹਿਲ ਅਸੀਂ ਹੁਕਮਰਾਨ ਪੈਦਾ ਕੀਤੇ ਨੇ ਰੇਡੀਓ ਦੇ ਵਿੱਚ ਸਾਡੇ ਕਈ ਹੁਕਮਰਾਨ ਇੰਨੇ ਜਾਹਿਲ ਸਨ ਜਿਨ੍ਹਾਂ ਨੇ ਰਾਗਾਂ ਦੇ ਅਲਫਾਜ਼ ਬਦਲੇ ਹਾਂਜੀ ਉਹ ਅਗਰ ਉਹ ਕਹਿੰਦੀ ਹੈ ਕੈਸੇ ਜਾਊਂ ਜਮਨਾ ਕੇ ਤੀਰ ਤੇ ਤੈਨੂੰ ਕੀ ਮੌਤ ਪੈ ਗਈ ਕਿ ਤੂੰ ਉਹਨੂੰ ਬਦਲ ਲੂੰ ਅੱਛਾ ਅਸੀਂ ਕਈ ਰਾਗ ਗਾਣੇ ਬੰਦ ਕਰ ਦਿੱਤੇ ਹਾਲਾਂਕਿ ਸ਼ਗੁਫਤਾ ਸਾਰੇ ਵੱਡੇ ਕਲਾਸੀਕੀ ਘਰਾਣੇ ਮੁਸਲਮਾਨਾਂ ਦੀ ਇਜਾਦ ਨੇ ਦਿੱਲੀ ਘਰਾਣਾ ਅਸੀਂ ਇਜਾਦ ਕੀਤਾ ਆਗਰਾ ਘਰਾਣਾ ਅਸੀਂ ਇਜਾਦ ਕੀਤਾ ਗਵਾਲੀਅਰ ਘਰਾਣਾ ਸਾਡੀ ਇਜਾਦ ਹੈ ਪਟਿਆਲਾ ਘਰਾਣਾ ਸਾਡੀ ਇਜਾਦ ਹੈ ਉਹ ਮੈਂ ਗਿਣਾਉਂਦਾ ਹੀ ਜਾਵਾਂ ਤੁਹਾਡੇ ਕੋਲ ਤਲਵੰਡੀ ਘਰਾਣਾ ਸਾਡੀ ਇਜਾਦ ਹੈ ਸ਼ਾਮ ਚੁਰਾਸੀ ਘਰਾਣਾ ਸਾਡੀ ਕਲਾਸੀਕਲ ਖਿਆਲ ਦੇ ਅਸੀਂ ਮੂਜਿਦ ਹਾਂ ਉਹ ਇਹਨਾਂ ਨੂੰ ਤੇ ਗਾਣਾ ਨਹੀਂ ਆਉਂਦਾ ਸੀ ਇਹ ਤੇ ਧੁਰਪਦ ਗਾਉਂਦੇ ਸਨ ਧੁਰਪਦ ਜਿਹੜੀ ਸੀ ਉਹਦਾ ਮਕਸਦ ਸੀ ਕਿ ਜਿਸ ਤਰ੍ਹਾਂ ਕੋਈ ਪਿਓ ਦਾਦਾ ਪੜਦਾਦਾ ਗਾ ਗਿਆ ਬਸ ਉਹੋ ਹੀ ਸੁਰ ਲਾਣੇ ਨੇ ਤੇ ਉਹੋ ਹੀ ਬੰਦਿਸ਼ ਉਸੇ ਤਰ੍ਹਾਂ ਉਹਨੇ ਰੱਟ ਕੇ ਗਾ ਦੇਣੀ ਹੈ ਉਹ ਤੇ ਸਾਡੇ ਅਮੀਰ ਖੁਸਰੋ ਆਏ ਕਿਹਾ ਇਹ ਕੀ ਕਰਦੇ ਹੋ ਜਿਹੜਾ ਬੰਦਾ ਗਾ ਰਿਹਾ ਹੈ ਉਹ ਆਪਣਾ ਕਮਾਲ ਵੀ ਤੇ ਦਿਖਾਏ ਖਿਆਲ ਖਿਆਲ ਇਜਾਦ ਕੀਤਾ ਖਿਆਲ ਦਾ ਮਤਲਬ ਹੈ ਇਮੈਜੀਨੇਸ਼ਨ ਅਸੀਂ ਉਹ ਫਿਕਸ ਜਿਹੜਾ ਰਾਗ ਸੀ ਉਹਦੇ ਚ ਇਮੈਜੀਨੇਸ਼ਨ ਕ੍ਰੀਏਟੀਵਿਟੀ ਤਖਲੀਕ ਐਬਸੋਲੂਟਲੀ ਇਸ ਵੇਲੇ ਸਾਰੇ ਹਿੰਦੁਸਤਾਨ ਚ ਖਿਆਲ ਗਾਇਆ ਜਾਂਦਾ ਹੈ ਧੁਰਪਦ ਕੋਈ ਨਹੀਂ ਗਾਉਂਦਾ ਇਸ ਵੇਲੇ ਸਾਰੇ ਹਿੰਦੁਸਤਾਨ ਚ ਤਬਲਾ ਵਜਾਇਆ ਜਾਂਦਾ ਨਹੀਂ ਇਹ ਜਿਹੜੇ ਲਫ਼ਜ਼ ਹੈ ਨਾ ਸਾਡੇ ਹਿੰਦੀ ਦੇ ਲਫ਼ਜ਼ ਹੈ ਠੀਕ ਹੈ ਨਾ ਤੁਸੀਂ ਕਿਹਾ ਸੁਰਬਹਾਰ ਇਹ ਸੰਸਕ੍ਰਿਤ ਦਾ ਲਫ਼ਜ਼ ਹੈ ਤੁਸੀਂ ਕਿਹਾ ਸਹਿਤਾਰ ਇਹ ਸੰਸਕ੍ਰਿਤ ਦਾ ਲਫ਼ਜ਼ ਹੈ ਤੁਸੀਂ ਕਿਹਾ ਰਬਾਬ ਇਹ ਉਸ ਸਾਜ਼ਾਂ ਦੇ ਨਾਂ ਅਸੀਂ ਦਿੱਤੇ ਨੇ ਨਾ ਇਸਲਾਮੀ ਨੇ ਤੁਸੀਂ ਕਿਹਾ ਸਾ ਰੰਗੀ ਸਾ ਮਤਲਬ ਹੈ ਸੌ ਤੇ ਰੰਗੀ ਮਤਲਬ ਨੁਐਂਸਿਸ ਕਲਰਸ ਮਿਊਜ਼ੀਕਲ ਸ਼ੇਡਸ ਸਾ ਰੰਗੀ ਸਾਡਾ ਸਾਜ਼ ਹੈ ਤੇ ਅਸੀਂ ਕਿੰਨੇ ਬੇਵਕੂਫ ਆ ਪਾਕਿਸਤਾਨੀ ਕਿ ਅਸੀਂ ਆਪਣੀ ਇੰਨੀ ਵੱਡੀ ਮਿਰਾਸ ਚੜੀ ਹੈ ਉਸ ਤੋਂ ਆਪਣੇ ਆਪ ਨੂੰ ਕੱਟ ਲਿਆ ਔਰ ਹਿੰਦੂਆਂ ਨੂੰ ਔਰ ਹਿੰਦੁਸਤਾਨ ਨੂੰ ਇਹ ਮੌਕਾ ਦੇ ਦਿੱਤਾ ਕਿ ਉਹਨਾਂ ਨੇ ਕਿਹਾ ਉਹ ਜੀ ਤੁਸੀਂ ਤੇ ਕੀ ਹੈ ਤੁਸੀਂ ਤੇ ਕਲਾਸੀਕਲ ਮਸੀਕੀ ਦਾ ਜਨਾਜ਼ਾ ਕੱਢਣ ਵਾਲੇ ਲੋਕ ਹਾਲਾਂਕਿ ਨਹੀਂ ਆ ਅਸੀਂ ਮੁਝਦ ਹਾਂ ਲੇਕਿਨ ਇਹਨੂੰ ਕੈਰੀ ਔਨ ਕਰਨ ਵਾਸਤੇ ਇਹ ਸਾਰਾ ਜਿਹੜੀਆਂ ਚੀਜ਼ਾਂ ਨੇ ਕਲਚਰ ਨਾਲ ਹੀ ਰਿਲੇਟਡ ਨੇ ਮੈਂ ਕਿਉਂਕਿ ਐਸੇ ਤੇ ਹੀ ਫੋਕਸ ਕਰਾਂਗੀ ਤੁਹਾਨੂੰ ਫਿਰ ਜ਼ਹਿਮਤ ਦੇਵਾਂਗੀ ਹੋਰ ਟੌਪਿਕਸ ਤੇ ਗੱਲ ਕਰਨ ਲਈ ਕਿਉਂਕਿ ਬਹੁਤ ਮਜ਼ਾ ਆ ਰਿਹਾ ਇਹਦੇ ਵਿੱਚ ਗੱਲਬਾਤ ਕਰਨ ਦਾ ਦੇਖੋ ਮੌਸੀਕੀ ਜਾਂ ਜਿਹੜੇ ਕਲਾਸੀਕਲ ਰਾਗ ਵਗੈਰਾ ਨੇ ਇਹ ਤੇ ਸਾਡੇ ਕੋਲ ਦੇਖੋ ਸਾਡੇ ਕੋਲ ਇੰਸਟੀਟਿਊਸ਼ਨ ਹੈਗੇ ਨਾ ਰੇਡੀਓ ਪਾਕਿਸਤਾਨ ਵੀ ਹੁਣ ਤੇ ਪ੍ਰਾਈਵੇਟ ਸੈਕਟਰ ਚ ਵੀ ਸਭ ਕੁਝ ਹੈ ਤੇ ਕੋਈ ਨਾ ਕੋਈ ਤੇ ਪੋਲਿਸੀ ਕਿਸੇ ਜਗ੍ਹਾ ਦੀ ਹੁੰਦੀ ਹੈ ਨਾ
ਤੇ ਕਿਉਂ ਨਹੀਂ ਉਹ ਆਪਣਾ ਜਿਹੜਾ ਸਾਡਾ ਪੂਰਾ ਪਿਛਲਾ ਜਿਹੜਾ ਵਿਰਸਾ ਵੈ ਉਹ ਅੱਗੇ ਲੈ ਕੇ ਜਾਣ ਵਾਸਤੇ ਕਿਉਂ ਨਹੀਂ ਪ੍ਰਮੋਟ ਕੀਤਾ ਜਾਂਦਾ ਉਹਨਾਂ ਉਸਤਾਦਾਂ ਨੂੰ। ਅੱਛਾ, ਐਸੇ ਤੇ ਗੱਲ ਕਰ ਲੈਂਦੇ ਹਾਂ, ਹਾਂਜੀ ਰੇਡੀਓ ਪਾਕਿਸਤਾਨ ਦੀ ਗੱਲ ਕਰ ਲੈਂਦੇ। ਹਾਂਜੀ ਰੇਡੀਓ ਪਾਕਿਸਤਾਨ ਅੱਜ ਤੋਂ 5-10 ਸਾਲ ਪਹਿਲੋਂ ਰਾਗ ਸੁਣਾਉਂਦਾ ਸੀ ਕਲਾਸੀਕਲ। ਹਾਂਜੀ ਫਿਰ ਉਹ ਰੇਡੀਓ ਪਾਕਿਸਤਾਨ ਦੇ ਕਿਸੇ ਡਾਇਰੈਕਟਰ ਨੇ ਕਿਹਾ, ਜੀ ਇਹ ਤਾਂ ਕੋਈ ਨਹੀਂ ਸੁਣਦਾ, ਇੰਜ ਕਰਨੇ ਰਾਤ ਦੇ 12 ਵਜੇ ਤੋਂ ਬਾਅਦ ਸੁਣਾਇਆ ਕਰਾਂਗੇ। ਲਿਆਦਾ ਰਾਗ ਵਿਦਿਆ ਦਾ ਪ੍ਰੋਗਰਾਮ ਰਾਤ ਦੇ 12 ਵਜੇ ਬਾਅਦ ਚੱਲ ਗਿਆ। ਫਿਰ ਉਹਨਾਂ ਨੇ ਕਿਹਾ, ਜੀ ਇਹ ਰੇਡੀਓ ਦੀ ਪਾਲਿਸੀ ਮੈਂ ਦੱਸ ਰਿਹਾ ਤੂੰ, ਇਹਦੇ ਚ ਬੜੇ ਵੱਡੇ ਵੱਡੇ ਨਾਂ ਆਉਂਦੇ ਨੇ, ਮੈਂ ਨਹੀਂ ਲੈਣਾ ਚਾਹ ਰਿਹਾ, ਮੈਂ ਸਭ ਕੁਛ ਆਪਣੀਆਂ ਅੱਖਾਂ ਨਾਲ ਵੇਖਿਆ ਸੁਣਿਆ। ਠੀਕ, ਫਿਰ ਉਹਨੇ ਕਿਹਾ, ਸਰ ਉਹ ਜੀ ਹੈ ਤੇ ਉਸਤਾਦ ਜੀ ਬੈਠ ਜਾਂਦੇ ਨੇ ਰਾਗ ਸੁਣਾਉਣ, ਇਹ ਤੇ 1.5 ਘੰਟੇ ਦਾ ਇੱਕੋ ਹੀ ਰਾਗ ਗਾਉਂਦੇ ਨੇ, ਇਹ ਤੇ ਨਹੀਂ ਹੋ ਸਕਦਾ ਸਰ। ਉਹਨੇ ਕਿਹਾ, ਜੀ ਉਸਤਾਦ ਸਲਾਮਤ ਖਾਨ ਸਾਹਿਬ, ਸਰ ਸਲਾਮ ਅਲੈਕੁਮ, ਆਪ ਬਹੁਤ ਬੜੇ ਉਸਤਾਦ ਹੈ, ਲੇਕਿਨ ਆਪ ਐਸਾ ਕਰੇ, ਆਪ ਰਾਗ ਦਰਬਾਰੀ ਗਾਇਨ 10 ਮਿੰਟ ਮੈਂ, ਬਸ ਸਰ ਹਮਾਰੇ ਪਾਸ 10 ਮਿੰਟ ਹੈ, ਅਗਰ ਆਪਣੇ ਗਾਣਾ ਤੋਂ ਗਾ ਲੈ, ਨਹੀਂ ਗਾਣਾ ਤੋਂ ਨਾ ਸਹੀ। ਚਲੋ ਜੀ, ਉਹ ਐਡੀ ਵੱਡੀ ਰਾਗ ਵਿਦਿਆ ਜਿਹੜੀ ਹੈ ਉਹ 10-15 ਮਿੰਟ ਦੇ ਵਿੱਚ ਛੁਕੜ ਗਈ। ਫਿਰ ਇੱਕ ਮੌਸਮ ਇਹ ਆ ਗਿਆ ਕਿ ਰੇਡੀਓ ਪਾਕਿਸਤਾਨ ਦੇ ਵੱਡੇ ਵੱਡਿਆਂ ਨੇ ਵਡੇਰਿਆਂ ਨੇ ਬੈਠ ਕੇ ਲਿਆ ਨਾ ਮੇਰੇ ਸਾਹਮਣੇ, ਲਿਆਓ ਰੇਡੀਓ ਪਾਕਿਸਤਾਨ ਮੇਰੇ ਨਾਲ ਗੱਲ ਕਰੇ। ਰੇਡੀਓ ਪਾਕਿਸਤਾਨ ਬਹੁਤ ਬੜਾ ਇਦਾਰਾ ਥਾ, ਰੇਡੀਓ ਪਾਕਿਸਤਾਨ ਪਾਕਿਸਤਾਨ ਕਾ ਬੇਹਤਰੀਨ ਇਦਾਰੋਂ ਮੇ ਸੇ ਥਾ, ਰੇਡੀਓ ਪਾਕਿਸਤਾਨ ਕ੍ਰੀਏਟਿਵਿਟੀ ਕਾ ਮੁਜਿਦ ਥਾ, ਰੇਡੀਓ ਪਾਕਿਸਤਾਨ ਨੇ ਪਾਕਿਸਤਾਨ ਕੇ ਅਜ਼ੀਮ ਤਰੀਨ ਸ਼ਖਸੀਅਤ ਜੋ ਹੈ ਉਨਕੋ ਔਨ ਬੋਰਡ ਲੈ ਲਿਆ ਥਾ। ਕੌਣ ਸਾ ਬੰਦਾ ਹੈ ਜਿਸਨੇ ਰੇਡੀਓ ਪਾਕਿਸਤਾਨ ਕੇ ਲਈ ਕਾਮ ਨਾ ਕੀਆ ਹੋ, ਕੋਈ ਨਾਮ ਲੈ ਆਪ, ਬਣੇ ਹੀ ਉਥੋਂ ਨੇ, ਉਥੋਂ ਨਿਕਲੇ ਨੇ ਲੋਕ ਤੇ ਬਣੇ ਨੇ। ਹਾਂ ਉਹਨਾਂ ਨੇ ਜ਼ਿੰਦਗੀ ਰੇਡੀਓ ਪਾਕਿਸਤਾਨ ਤੇ ਸ਼ੁਰੂ ਕੀਤੀ, ਔਰ ਰੇਡੀਓ ਪਾਕਿਸਤਾਨ ਨੇ ਕਿਆ ਕੀਆ, ਰੇਡੀਓ ਪਾਕਿਸਤਾਨ ਨੇ ਉਨਕਾ ਨਾਮੋ ਨਿਸ਼ਾਨ ਮਿਟਾ ਦਿਆ, ਔਰ ਰੇਡੀਓ ਪਾਕਿਸਤਾਨ ਨੇ ਹਮਾਰੇ ਇਤਨੇ ਬੜੇ ਗਾਇਕ ਜੋ ਹੈ ਉਨਕੋ ਕਹਾ, ਉਹ ਸਰ ਜੀ ਸਰ ਇਹ ਕਲਾਸੀਕਲ ਤੇ ਕੋਈ ਨਹੀਂ ਸੁਣਦਾ, ਛੱਡੋ ਸਰ, ਇਹਦੀ ਜਗ੍ਹਾ ਤੇ ਫਿਲਮੀ ਗਾਣੇ ਲਾਉਂਦੇ ਆ, 50 ਸਾਲ ਤੇ ਸਾਨੂੰ ਹਿੰਦੁਸਤਾਨੀ ਗਾਣੇ ਸੁਣਾਉਂਦੇ ਰਹੇ, ਇਹ ਤੇ ਹੁਣ ਸ਼ੁਕਰ ਹੈ ਇਸ ਹਕੂਮਤ ਨੂੰ ਇਹ ਅਕਲ ਆਈ ਹੈ ਕਿ ਹਿੰਦੁਸਤਾਨੀ ਮੁਸੀਕੀ ਜਿਹੜੀ ਹੈ ਗਾਣਾ ਫਿਲਮੀ ਗਾਣਾ ਉਹ ਇਹਨਾਂ ਨੇ ਬੰਦ ਕੀਤਾ ਤੇ ਪਾਕਿਸਤਾਨੀ ਮੁਸੀਕੀ ਨੂੰ ਕੋਈ ਫਰੋਗ ਮਿਲ ਰਿਹਾ। ਠੀਕ, ਪਰ ਅਫਸੋਸ ਹੈ ਕਿ ਕਲਾਸੀਕੀ ਮੁਸੀਕੀ ਤੇ ਕਿਤੇ ਰਹੀ ਨਹੀਂ, ਨਾ ਰੇਡੀਓ ਤੇ ਨਾ ਟੀਵੀ ਤੇ, ਇੱਕ ਕਵਾਲੀ ਸਰਵਾਈਵ ਕਰ ਰਹੀ ਹੈ ਉਹ ਵੀ ਰਮਜ਼ਾਨ ਸ਼ਰੀਫ ਤੇ ਮੁਹਰਮ ਸ਼ਰੀਫ ਦੀ ਵਜ੍ਹਾ, ਵਰਨਾ ਤੁਹਾਨੂੰ ਡੇ ਟੂ ਡੇ ਕਵਾਲੀ ਵੀ ਨਹੀਂ ਲੱਭੇਗੀ ਪਾਕਿਸਤਾਨ ਦੀ, ਔਰ ਉਹ ਵੀ ਅਗਰ ਸਰਵਾਈਵ ਕਰ ਰਹੀ ਹੈ ਤੋ ਨੁਸਰਤ ਫਤਿਹ ਜੈਸੇ ਅਜ਼ੀਮ ਅਜ਼ੀਮ ਸ਼ਖਸੀਅਤ ਦੀ ਵਜ੍ਹਾ ਨਾਲ ਕਰ, ਉਹ ਅੱਲਾ ਮੀਆਂ ਨੇ ਪੈਦਾ ਕੀਤਾ, ਉਹਦੇ ਤੇ ਕੋਈ ਹਕੂਮਤ ਪਾਕਿਸਤਾਨ ਕੋਈ ਕ੍ਰੈਡਿਟ ਨਹੀਂ ਲੈ ਸਕਦੀ ਕਿ ਜੀ ਅਸੀਂ ਬਣਾਇਆ ਨੁਸਰਤ, ਉਹਨਾਂ ਨੇ ਨਹੀਂ ਬਣਾਇਆ, ਉਹ ਅੱਲਾ ਮੀਆਂ ਨੇ ਬਣਾਇਆ, ਉਹਨੇ ਸਾਨੂੰ ਦਿੱਤਾ ਹੈ, ਉਹ ਸਾਡਾ ਬਿਹਤਰੀਨ। ਇਹ ਦੇਖ ਲਓ ਜੀ, ਪੰਜਵੀਂ ਫੇਲ ਤੇ ਪਾਕਿਸਤਾਨ ਦਾ ਬਿਹਤਰੀਨ ਅੰਬੈਸਡਰ ਫਤਿਹ ਅਲੀ ਖਾਨ, 70 ਪਾਕਿਸਤਾਨ ਦੇ ਅੰਬੈਸੀਜ਼ ਜਿਹੜੀਆਂ ਨੇ ਉਹ ਕੰਮ ਨਹੀਂ ਕਰ ਸਕੀਆਂ ਜਿਹੜੀਆਂ ਉਹ ਇਕੱਲਾ ਕਰ ਗਿਆ। ਇਹ ਪਰਸਨੈਲਿਟੀ ਦੀ ਜੇ ਗੱਲ ਹੋਈ ਹੈ ਤੇ ਮੈਂ ਥੋੜੀ ਜੀ ਤੁਹਾਡੇ ਨਾਲ ਗੱਲ ਕਰਨਾ ਚਾਹਾਂਗੀ ਕਿਉਂਕਿ ਟਾਈਮ ਇੰਨੀ ਜਲਦੀ ਗੁਜ਼ਰ ਰਿਹਾ ਵਾ, ਇੰਨਾ ਮਜ਼ਾ ਆ ਰਿਹਾ। ਤੁਸੀਂ ਮੈਨੂੰ ਨਾ ਯਾਦਾਂ ਕੁਛ ਸ਼ੇਅਰ ਕਰੋ, ਸ਼ਹਾਬ ਨਾਮੇ ਦੀਆਂ ਔਰ ਕੁਦਰਤੁੱਲਾ ਸ਼ਹਾਬ ਦੀਆਂ। ਮੈਂ ਚਾਹੁੰਦੀ ਹਾਂ, ਮੈਂ 2-3 ਲੋਕ ਐਸੇ ਨੇ ਜਿਹਨਾਂ ਦਾ ਜ਼ਿਕਰ ਤੇ ਉਹਨਾਂ ਦੀਆਂ ਯਾਦਾਂ, ਜਿਹਨਾਂ 'ਚ ਇਸ਼ਫਾਕ ਸਾਹਿਬ, ਬਾਨੋ ਕੁਦਸੀਆ, ਕੁਦਰਤੁੱਲਾ ਸ਼ਹਾਬ, ਕਿਉਂਕਿ ਗਿੰਮੀ ਸਾਹਿਬ ਦੀ ਕਿਤਾਬ ਦਾ ਵੀ ਲਿੰਕ ਹੈਗਾ, ਬਾਨੋ ਆਪਾਂ ਨੇ ਉਹਨਾਂ ਦੀ ਕੀਤੀ ਸੀ। ਉਹਦੇ ਇਲਾਵਾ ਤੇ ਮੇਰਾ ਇੱਕ ਥੋੜਾ ਜਿਹਾ, ਮੈਂ ਸੈਲਫਿਸ਼ ਵੀ ਹਾਂ ਕਿ ਇਹ ਜਿਹੜੇ ਨਾਂ ਨੇ ਇਹਨਾਂ ਦੇ ਨਾਲ ਮੇਰੇ ਆਪਣੇ ਰੇਡੀਓ ਪਾਕਿਸਤਾਨ ਦੇ ਹਵਾਲੇ ਨਾਲ ਜਿਹੜਾ ਨਾਂ, ਤੇ ਤੁਸੀਂ ਪਲੀਜ਼ ਇਹਨਾਂ ਦੀਆਂ ਯਾਦਾਂ ਮੇਰੇ ਨਾਲ ਥੋੜਾ ਸ਼ੇਅਰ ਕਰੋ। ਇਹ ਤੇ ਪੂਰੇ ਘੰਟੇ ਦਾ ਇੱਕ ਹੋਰ ਇੰਟਰਵਿਊ ਹੈ, ਉਹ ਅਸੀਂ ਅਲੱਗ ਕਰਾਂਗੇ, ਲੇਕਿਨ ਅੱਜ ਮੈਂ ਥੋੜਾ ਥੋੜਾ ਜ਼ਰੂਰ ਜਾਣਨਾ ਚਾਹੁੰਦੀ ਹਾਂ। ਤੁਸੀਂ ਕੁਦਰਤੁੱਲਾ ਸ਼ਾਹ ਦੀ ਛੋਟੀ ਜਿਹੀ ਗੱਲ ਕਰ ਲੈਂਦੇ ਆ, ਕਿਉਂਕਿ ਮੇਰੇ ਵੀ ਉਸਤਾਦ ਹਨ ਜੀ, ਔਰ ਉਹਨਾਂ ਦੀ ਸ਼ਖਸੀਅਤ ਜਿਹੜੀ ਹੈ ਬੜੀ ਕੰਟਰੋਵਰਸ਼ੀਅਲ ਕਰ ਦਿੱਤੀ ਹੋਈ ਹੈ ਲੋਕਾਂ ਨੇ, ਉਹਦੀ ਵਜ੍ਹਾ ਇਹ ਹੈ ਕਿ ਜਿਹੜੇ ਕੋਈ
ਸਿਵਲ ਬਿਊਰੋਕਰੈਟਸ ਹਨ ਉਹ ਕਹਿੰਦੇ ਨੇ ਜੀ ਉਹ ਕੁਦਰਤੁੱਲਾ ਸ਼ਾਹ ਤਾਂ ਬਿਊਰੋਕਰੈਟ ਸੀ, ਉਹ ਤੇ ਸਾਰੀ ਜ਼ਿੰਦਗੀ ਬਾਦਸ਼ਾਹਾਂ ਦੇ ਨਾਲ ਨੌਕਰੀਆਂ ਕਰਦਾ ਰਿਹਾ ਤੇ ਉਹਨਾਂ ਦੇ ਜੀ ਹਜ਼ੂਰੀ ਕਰਦਾ ਰਿਹਾ ਤੇ ਉਹਨੇ ਤੇ ਅਯੂਬ ਖਾਨ ਦਾ ਸਾਥ ਦਿੱਤਾ ਸੀ ਤੇ ਉਹਨੇ ਤੇ ਇਹ ਕੀਤਾ ਸੀ ਤੇ ਉਹ ਕੀਤਾ ਸੀ। ਉਹ ਕਿਸੇ ਦੇ ਜ਼ਿਹਨ 'ਚ ਨਹੀਂ ਆਉਂਦਾ ਕਿ ਬਿਊਰੋਕਰੈਟ ਜਿਹੜਾ ਹੈ ਕਿਆ ਉਹ ਰੂਹਾਨੀ ਸ਼ਖਸੀਅਤ ਨਹੀਂ ਹੋ ਸਕਦਾ, ਹੋ ਸਕਦਾ ਅਗਰ ਉਹ ਇੰਨਾ ਤਾਲੀਮ ਇੰਨਾ ਪੜ੍ਹਾ ਲਿਖਾ ਹੈ ਕਿ ਉਹਨੇ ICS ਪਾਸ ਕੀਤਾ ਸੀ, ਅੰਗਰੇਜ਼ਾਂ ਦੇ ਨਾਲ ਲੜਦਾ ਆਇਆ, ਉਹਦਾ ਸ਼ਾਹਨਾਮਾ ਪੜ੍ਹੋ ਤੇ ਉਹ ਦੇਖੋ ਕਿ ਅੰਗਰੇਜ਼ਾਂ ਦੇ ਜ਼ਮਾਨੇ ਤੋਂ, ਤੇ ਕਿਆ ਇੱਕ ਬਿਊਰੋਕਰੈਟ ਜਿਹੜਾ ਹੈ ਉਹ ਰੂਹਾਨੀ ਸ਼ਖਸੀਅਤ ਨਹੀਂ ਹੋ ਸਕਦਾ, ਔਰ ਅਗਰ ਉਹ ਕੋਈ ਐਸੀ ਰੂਹਾਨੀ ਸ਼ਖਸੀਅਤ ਹੈ, ਮੇਰਾ ਪਿਓ ਜਿਹੜਾ ਹੈ ਮੁਮਤਾਜ਼ ਮੁਫਤੀ ਉਹ ਕੁਦਰਤੁੱਲਾ ਸ਼ਾਹ ਨੂੰ ਅੱਲਾ ਮੀਆਂ ਦਾ 007 ਕਹਿੰਦਾ ਸੀ, ਅਸੀਂ ਮਜ਼ਾਕ ਉਡਾਉਂਦੇ ਸਾਂ, ਹੱਸਦੇ ਸਾਂ, ਅਸੀਂ ਕਹਿੰਦੇ ਸਾਂ ਬਾਬਾ ਯਾਰ ਕੀ ਤੂੰ ਕੁਦਰਤੁੱਲਾ ਸ਼ਾਹ ਨੂੰ ਤੂੰ ਕੀ ਬਣਾ ਲਿਆ ਹੋਇਆ 007। ਤੇ ਕਿਆ ਅਗਰ ਕੋਈ ਇੱਕ ਬਿਊਰੋਕਰੈਟ ਹੈ ਔਰ ਉਹ ਬੜੀ ਅਹਿਮ ਜਗ੍ਹਾ ਦੇ ਉੱਤੇ ਮੁਕਾਮ ਦੇ ਉੱਤੇ ਲੱਗਾ ਹੋਇਆ ਹੈ, ਪਾਕਿਸਤਾਨ ਦੇ ਲਈ ਬੜੇ ਅਹਿਮ ਫੈਸਲੇ ਜਿੱਥੇ ਹੁੰਦੇ ਨੇ ਉੱਥੇ ਲੱਗਾ, ਤੇ ਕਿਆ ਉਹ ਐਸੀ ਰੂਹਾਨੀ ਸ਼ਖਸੀਅਤ ਨਹੀਂ ਹੋ ਸਕਦਾ ਜਿਹਦਾ ਕੋਈ ਮਿਸ਼ਨ ਹੋਵੇ? ਹੋ ਸਕਦਾ ਹੈ, ਉਹਦੀ ਇੱਕ ਆਪਣੀ ਇਨਰ ਜਰਨੀ ਵੀ। ਹਾਂ, ਜਿਹੜਾ ਵਾਕਈ 007 ਹੋਵੇ। ਐਗਜ਼ੈਕਟਲੀ, ਹੋ ਸਕਦਾ ਕੋਈ ਕੰਮ ਲਾਇਆ ਗਿਆ ਹੋਵੇ। ਐਗਜ਼ੈਕਟਲੀ, ਠੀਕ ਹੈ ਨਾ। ਲਿਹਾਜ਼ਾ ਅਸੀਂ ਮੁਮਤਾਜ਼ ਮੁਫਤੀ ਅਸੀਂ ਦੇ ਅਸੀਂ ਤੇ ਉਹਦੇ ਉਹਦੀ ਜੁੱਤੀ ਦੀ ਖਾਕ ਵੀ ਨਹੀਂ ਆ, ਮੇਰਾ ਪਿਓ ਵੀ ਤੇ ਅਸੀਂ ਵੀ, ਅਸੀਂ ਤੇ ਉਹਦੇ ਘਰ ਦੇ ਨੌਕਰ ਆ, ਠੀਕ। ਸਾਨੂੰ ਕੋਈ ਯਾਰ ਨਹੀਂ ਇਹ ਗੱਲ ਕਹਿਣ ਦੀ ਕਿ ਮੈਨੂੰ ਇਹ ਕੋਈ ਯਾਰ ਨਹੀਂ ਹੈ ਕਿ ਮੈਂ ਕੁਦਰਤੁੱਲਾ ਸ਼ਾਹ ਦੇ ਘਰ ਦਾ ਨੌਕਰ ਆ, ਠੀਕ, ਕਿਉਂਕਿ ਮੈਂ ਉਹਦੇ ਕੋਲੋਂ ਬਹੁਤ ਸਿੱਖਿਆ, ਉਹ ਮੇਰਾ ਉਸਤਾਦ ਹੈ, ਉਹਨੇ ਮੈਨੂੰ ਬਿਠਾ ਕੇ ਪੜ੍ਹਾਇਆ ਨਹੀਂ ਹੈ ਨਾ, ਉਹਨੇ ਸਾਡੇ ਜਿਹੜੇ ਰਸੂਲ ਸਨ ਨਾ ਮੁਹੰਮਦ ਮੁਸਤਫਾ, ਉਹਨਾਂ ਨੇ ਜਾਂਦੇ ਹੀ ਮਸਜਿਦ ਬਣਾਈ ਸੀ, ਤੇ ਲੋਕਾਂ ਦਾ ਖਿਆਲ ਹੈ ਕਿ ਮਸਜਿਦ ਚ ਬੈਠ ਕੇ ਮਸਲੇ ਮਸਾਇਲ ਕਰਦੇ ਹੋਣੇ ਨੇ, ਆਵਾਜ਼ ਦਿੰਦੇ ਹੋਣੇ ਨੇ, ਲੋਕਾਂ ਨੂੰ ਤਬਲੀਗਾਂ ਕਰਦੇ ਹੋਣੇ ਨੇ, ਬੜੀਆਂ ਤਕਰੀਰਾਂ ਕਰਦੇ ਨਾ, ਉਹਨਾਂ ਨੇ ਕਦੀ ਇਹੋ ਜਿਹਾ ਕੰਮ ਨਹੀਂ ਕੀਤਾ, ਉਹਨਾਂ ਨੇ ਕਦੀ ਆਵਾਜ਼ ਕਦੀ ਮਸਲੇ ਮਸਾਇਲ ਕਦੀ ਕਦੀ ਦੀਨ ਦੇ ਉੱਤੇ ਲੰਮੀਆਂ ਤਕਰੀਰਾਂ ਨਾ, ਉਹਨਾਂ ਦੀ ਮਸਜਿਦ ਵਾਜ਼ ਹਿਸ ਵਰਕ ਪਲੇਸ, ਦੈਟ ਵਾਜ਼ ਹਿਸ ਆਫਿਸ, ਚੀਫ ਆਫ ਮਦੀਨਾ ਦਾ ਐਗਜ਼ੈਕਟਿਵ ਆਫਿਸ ਸੀ ਉਹ, ਠੀਕ, ਉੱਥੇ ਉਹ ਹਰ ਕੰਮ ਕਰਦੇ ਸਨ, ਡੈਲੀਗੇਸ਼ਨ ਵੀ ਉੱਥੇ ਆਉਂਦੇ ਸਨ, ਪ੍ਰਾਹੁਣੇ ਵੀ ਉੱਥੇ ਆਉਂਦੇ ਸਨ, ਕਾਫਿਰ ਵੀ ਆਉਂਦੇ ਸਨ, ਰਿਆਕਾਰ ਵੀ ਆਉਂਦੇ ਸਨ, ਹਿਪੋਕ੍ਰੇਟਸ ਵੀ ਆ ਕੇ ਉੱਥੇ ਸ਼ੈਤਾਨੀਆਂ ਕਰਦੇ, ਬੱਚਿਆਂ ਦੇ ਖਤਨੇ ਵੀ ਹੁੰਦੇ ਸਨ, ਸ਼ਾਦੀਆਂ ਵੀ ਹੁੰਦੀਆਂ ਸਨ, ਠੀਕ। ਉਹ ਉੱਥੇ ਸਿਰਫ ਅਮਲ ਐਸਾ ਕਰਦੇ ਸਨ ਜਿਹੜੇ ਲੋਕੀ ਦੇਖ ਕੇ ਕਰਦੇ ਸਨ, ਔਰ ਸਮਝਦੇ, ਉਹਨਾਂ ਨੇ ਅਮਲ ਕਰਕੇ ਦਿਖਾਇਆ, ਉਹਨਾਂ ਦੀ ਜਿਹੜੀ ਸੁਨਨਾ ਹੈ ਉਹ ਅਮਲ ਹੈ। ਅਸੀਂ ਸੁਨਨਾ ਨੂੰ ਛੱਡ ਗਏ ਨਾ ਤੇ ਪੈ ਗਏ ਉਹਨਾਂ ਦੇ ਬਾਰੇ ਚ ਕਿਸੇ ਕਹਾਣੀ ਚ, ਐਗਜ਼ੈਕਟਲੀ, ਅਸੀਂ ਉਹਨਾਂ ਦੇ ਜਿਹੜੇ ਕੋਈ ਫਜ਼ੂਲ ਲੋਕਾਂ ਨੇ ਵੀ ਕਿਸੇ ਕਹਾਣੀਆਂ ਉਡਾਏ ਸਨ, ਅਸੀਂ ਉਹ ਵੀ ਆਪਣੇ ਸੀਨੇ ਨਾਲ ਲਾ ਕੇ ਬਹਿ ਗਏ, ਉਹਨਾਂ ਨੇ ਕਿਸੇ ਕਹਾਣੀਆਂ ਨਹੀਂ ਸੁਣਾਏ, ਉਹਨਾਂ ਨੇ ਜੋ ਕੁਰਾਨ ਚ ਹਨ ਉਹ ਹੈ, ਉਹਨਾਂ ਨੇ ਕਰਕੇ ਦਿਖਾਇਆ। ਤੇ ਮੇਰਾ ਰਿਲੇਸ਼ਨਸ਼ਿਪ ਵੀ ਕੁਦਰਤੁੱਲਾ ਸ਼ਾਹ ਦੀ, ਮੈਂ ਇਸ ਵਾਸਤੇ ਇੱਜ਼ਤ ਕਰਦਾ ਉਹਨਾਂ ਦੀ ਬਹੁਤ ਜ਼ਿਆਦਾ, ਕਿ ਮੈਂ ਉਹਨਾਂ ਨੂੰ ਵੇਖ ਕੇ ਸਮਝਿਆ ਕਿ ਸਾਡੇ ਰਸੂਲ ਕਿਹੋ ਜਿਹੇ ਹੋਣਗੇ। ਯਾਨੀ ਮੈਂ ਤੁਹਾਨੂੰ ਸੱਚ ਦੱਸਣਾ, ਅੱਜ ਮੈਂ ਪਹਿਲੀ ਵਾਰੀ ਇਹ ਗੱਲ ਕਹਿ ਰਿਹਾ, ਅਗਰ ਮੇਰੀ ਜ਼ਿੰਦਗੀ ਚ ਕੁਦਰਤੁੱਲਾ ਸ਼ਾਹ ਨਾ ਹੁੰਦੇ ਤੇ ਮੈਨੂੰ ਆਪਣੇ ਰਸੂਲ ਮੁਸਤਫਾ ਦੀ ਪਹਿਚਾਣ ਹੀ ਨਹੀਂ ਹੋਣੀ ਸੀ। ਤੁਹਾਨੂੰ ਕਿਸੇ ਚੀਜ਼ ਨੂੰ ਪਹਿਚਾਨਣ ਲਈ ਕੋਈ ਰੈਫਰੈਂਸ ਚਾਹੀਦਾ ਹੁੰਦਾ ਹੈ ਸਰ ਜੀ, ਜਦ ਤੱਕ ਕੋਈ ਰੈਫਰੈਂਸ ਨਾ ਹੋਵੇ, ਜਦ ਤੱਕ ਅੱਛੇ ਸ਼ਾਇਰ ਨੂੰ ਨਾ ਜਾਣੋ ਨਾ, ਉਹਦੀ ਸ਼ਾਇਰੀ ਨਾ ਪੜ੍ਹੋ ਨਾ, ਅੱਛੇ ਸ਼ਾਇਰ ਤੁਸੀਂ ਖੁਦ ਨਹੀਂ ਇਖਤਰਾ ਕਰ ਸਕਦੇ। ਤੇ ਮੇਰੀ ਜਿਹੜੀ ਬੜੀ ਉਹਨਾਂ ਦੇ ਨਾਲ ਇੱਕ ਲਗਾਓ ਹੈ, ਉਹ ਇਸ ਵਜ੍ਹਾ ਨਾਲ ਉਹਨਾਂ ਮੈਨੂੰ ਬਿਲਕੁਲ ਕੋਈ ਨਸੀਹਤ ਨਹੀਂ ਕੀਤੀ, ਸਾਰੀ ਜ਼ਿੰਦਗੀ ਮੈਨੂੰ ਨਹੀਂ ਕਿਹਾ ਤੂੰ ਨਮਾਜ਼ ਪੜ੍ਹਿਆ ਕਰ, ਸਾਰੀ ਜ਼ਿੰਦਗੀ ਮੈਨੂੰ ਨਹੀਂ ਕੋਈ ਕੋਈ ਜੋ, ਲੇਕਿਨ ਜੋ ਕਰਦੇ ਸਨ ਅਸੀਂ ਉਹ ਵੇਖ ਕੇ ਮੁਤਾਸਰ ਹੁੰਦੇ ਸਨ, ਔਰ ਉਹਨਾਂ ਨੂੰ ਵੇਖ ਵੇਖ ਕੇ ਉਹਨਾਂ ਦੀ ਸ਼ਖਸੀਅਤ ਦੇ ਕੋਲ ਰਹਿ ਕੇ ਦੇਖ ਕੇ ਮੈਨੂੰ ਸਮਝ ਆਈ ਕਿ ਉਹ ਇਹ
अल्लाह मियां दी जिहड़ी शख्सियत ने कैसी होंदी। अच्छा वो सारे काम करते सन, साडे रसूल भी सारे काम करते सन, शादी विआह भी अटेंड करते सन, लोगों नूं मिलते भी सन, बच्चों के खतने ते भी जाते सन, मौत के उत्ते जाके भी अफसोस करते सन, है जी मेलियां ठेलियां ते भी शेरो शायरी भी सुनते सन, सब काम करते सन, दुनिया च रहते सन, घूमना करते सन बहुत ज्यादा। बल्कि उन्होंने को एक, एक मैं छोटा जिहा वाकया मैं अज ही पढ़िया, मार्टिन लिंग की किताब दे विच लिखा आया, वो जड़े हजरत उस्मान सन साहबी सन बड़े अमीर सन, उन्होंने अपनी सारी दौलत लौटाती, बड़े जनरल सन, जो तो सब कुछ चल गया तो हिजरत करके वो महाजर बन के मदीना आए, ते उन्होंने दिल च आया कि मैं की है दुनिया त्याग देनी है, मैं छड़ देनी है, मैं ये दुनिया नहीं मनु नहीं होनी चाहिए। तो रसूल को गए और उन्होंने जाके रसूल नु कहा कि यार रसूल अल्लाह मैं तंग आ गया दुनिया तो मैं हूं सोच रहा कि मैं हूं यूनख बन जाना है, खसी हो जाना ताकि मेरे च डिजायर ही ना रहे, और मैं दुनिया त्याग देनी है ते मैं फकीर हो जा, मैं फकीर होके दरबे में घूमदा। रसूल पाक जड़े ने उन्होंने क्या पागल ये तू की गलां पे कर रहे हैं, तू मनु नहीं देखिया, देख मैं व्याह भी करना, मैनू औरतां भी पसंद है, मैं खवातीन से मोहब्बत करता हूँ, मैं गोश्त भी खाता हूँ, मैं ज़ियाफ़तों पे भी जाता हूँ, मैं रोजे भी रखना, मैं अफ्तार पार्टियां भी करना, मैं मेलियां ठेलियां ते भी जाना, मैं लोगों के गांव मेरे दीन दे विच दुनिया त्यागनी और इस तरह अपने आप नूं खसी कर लेना ए मना है, ए मेरा रस्ता नहीं है। ते वो कुदरतुल्ला शहाब नूं समझन दे लिए वाकया समझना जरूरी। लोग समझते ने कि अच्छा जी अगर वो बुजुर्ग थे बड़े आप उनको बुजुर्ग मानते हो तो फिर वो सारे दिन मसले पे क्यों नहीं खड़े रहते थे, अच्छा तो फिर उन्होंने तलकीन क्यों नहीं की, फिर उन्होंने कुरान के ऊपर आपको कुछ वाज क्यों नहीं फरमाया। नहीं भाई ये बड़ा फरसूदा कॉन्सेप्ट है बुजुर्गी का, अभी आप आगे बुजुर्ग देखेंगे आगे आ रहे हैं इंशाल्लाह, आप फिक्र ना करें मैं मर जाऊंगा, अभी आएंगे बुजुर्ग 24 साल के 26 साल के जीन्स पहनी होगी, लेटेस्ट उन्होंने टी शर्ट पहनी होगी और ऐसा इल्म रखेंगे दीन का कि बड़े बड़े आलिम जो है ना उनको पछाड़ दें। सिपाही बिल्कुल कई जगह ते यूथ च ए चीजा असी देख रहे हां कि एक इनर जड़ी कॉल है, एक इनर अवेकनिंग जड़ी है ना वो आ रही है, बिल्कुल। अच्छा ए ते उना दी गल हो गई बड़ी जरूरी सी, ते दसो कि जेड़ा थोड़ा रिश्ता इशफाक साहब वी क्योंकि गिमी साहब नाल उना दा एक बड़ा ताल्लुक रेडियो दे हवाले नाल रहा बानो आपा नाल, ते मैं चाहांगी कि तुसी तुसी जनाब और ईमानदारी की बात है, लोगों को पसंद आए ना आए इसकी परवाह नहीं है। मैं समझता हूँ कि अशफाक अहमद जैसा बंदा उसकी बड़ी मुखालफत थी जब वो जिंदा था, जब उसने और ड्रामे लिखे तो यही जो आजकल के लोग उसकी बड़ी तारीफें करते हैं, इन्होंने अखबारों में उसके खिलाफ कॉलम लिखे कि ये है कि ड्रामा लिखे है, ये किस तरह हो सकता है कि एडे वड्डे प्यो दा पुत्र जड़ा है वो मौलवी हो गया मस्जिद दा, यह कोई ड्रामा है, लेकिन उसने ऐसे ड्रामे लिखे चौंका देने वाले और कमाल के ड्रामे लिखे, एक मोहब्बत सौ अफसाने और दीगर जो ड्रामे थे उसके उस्ताद था वो, मीडिया का उस्ताद था, हमारा मीडिया जो है ना उसने वैसी शख्सियत फिर नहीं पाई। और मैं ऑनेस्टली ये समझता हूं बड़ा दिल बहार आदमी था अशफाक अहमद के कोल तुसी बह जाओ शामी ते सवेर हो जाएगी तो तुसी दियां गल्लां सुनदे रह जाओ, मजलिसी बंदा सी ना और तंग नहीं आओ, तुसी बोर नहीं होगे। वो तलकीन शाह जो करता सी ना, हां जी हां जी, वो अंदरों खुद तलकीन शाह सी,
और इड्डा वड्डा दास्तान गो सी जदा जवाब नहीं, एवें ओदे घर दा नाम दास्तान गो नहीं, एवें उन्हें रसाला दास्तान गो नहीं कटिया सी, वो खुद दास्तान गो सी। और यकीन करो कि तुसी ओदे कोल जड़ा बंदा बह जांदा सी ना जाके, वो उठ नहीं सकदा सी, क्योंकि वो इस इन्नी जबरदस्त गुफ्तगू करदा सी और इन्ना क्रिएटिव आदमी सी। तो मैं समझना वा कि अशफाक अहमद जैसा बंदा बानो कुत्सिया दे भी यही गल है, सदियां च एक बारी पैदा हो। बानो कुत्सिया वगरिया मैं बहुत उन्हां तो इंप्रेस हाँ एज ए वमन, जड़ी उन्हां दा औरा सी, एक इन्नी पढ़ी लिखी खातून, जड़ा उन्होंने अपना अपना रख रखाव, अपने नॉर्म्स नो, अपनी एक हर चीज नो लैके जिस तरह चल दिया सी, क्योंकि मैं बहुत सारी वो चीजा मैं अपनी या उन्होंने एक सिर ते दुपट्टा ते एक या मेरी मां रेडियो दे किथे कंट्रोलर गिमी साहब ते मेरी मां ने चार मोम दा दुपट्टा ही लैके वड्डी वड्डिया फंक्शन ते गए, इको जिहड़ी चीज है वो बहुत इंप्रेसिव आ, बहुत इंप्रेसिव आ। तुसी कोई यादा शेयर करो बानो आपा दियां जिहड़ियां ਤੁਹਾਡੇ ਨਾਲ ਉਹਨਾਂ ਦੇ ਘਰ ਦੇ ਵਿੱਚ ਰਹਿੰਦਿਆਂ ਕਿੰਨੀ ਮੇਰੇ ਵਗਰੀਆਂ ਕੁਝ ਸਿੱਖਣਾ ਚਾਹਣ, ਮੇਰੇ ਵਗਰੀਆਂ ਹੋਰ ਜਿਹੜੀਆਂ ਦੇਖ ਰਹੀਆਂ ਨੇ, ਕਿਉਂਕਿ ਉਹ ਰੇਅਰ ਰੇਅਰ ਔਰਤ ਸਨ, ਇਹ ਚ ਕੋਈ ਸ਼ੱਕ ਮੈਨੂੰ ਗੁੱਸਿਆ। ਮੈਂ ਤੁਹਾਨੂੰ ਕਿਹਾ ਨਾ ਕਿ ਇਹ ਦੋ ਬੰਦੇ ਐਸੇ ਸਨ ਅੱਲਾ ਮੀਆਂ ਨੇ ਖਾਸ ਪੈਦਾ ਕੀਤੇ ਸਨ, ਇਹ 100 ਸਾਲ ਚ ਇੱਕ ਵਾਰੀ ਪੈਦਾ ਹੁੰਦੇ ਨੇ, ਹਜੇ ਤੱਕ ਫੇਰ ਨਹੀਂ ਆਉਂਦੇ। ਇਹ ਕਮਾਲ ਲੋਕ ਥੇ। ਇਹ ਬਾਨੂ ਗੁੱਸਿਆ ਤੋਂ ਮਸ਼ਰਕੀ ਔਰਤ ਕਾ एक बेहतरीन एग्जाम्पल थी, पार एक्सेलेंस। आज भी अगर आपने कोट करना है ना मशरकी औरत को, कि ये मशरकी औरत क्या थी, अब तो नहीं रही, ठीक है, लेकिन तो बानो कुत्सिया की नजर, और इंटेलेक्चुअल थी ये कमाल, और फलसफी थी, और नाश्ता बनाते बनाते वो इतनी फलसफियाना बातें करती थी कि बंदा दंग रह जाता। वो कोई मामूली औरत नहीं थी, बहुत पढ़ी लिखी थी, और अजीब अजीब बात थी कि बर्ची खाना भी चलाना है, अपने खामन का भी ख्याल रखना है, और अंदर से दाव लगा के और स्क्रिप्ट भी लिख लेना है, और नावल भी लिखते रहना है। ये वो काम है जो मैं तो नहीं कर सकता। मैं तो यहाँ बह के किताब लिख सकना, तो या फिर दूसरे काम कर सकना। वो इतनी बैलेंस्ड जिंदगी थी उनकी, और इतनी वो हसीन औरत थी। वो बानो कुत्सिया बहुत हसीन औरत थी। आप उनकी उनका सफर देखें आप। Few people know that she was a Christian. Very few people know that. She was a Christian and she became a Muslim for Ishfaq. और जिहड़ा उन्हां दा मोहब्बत दा बॉन्डेज सी, मैं ते एक होर चीज तो बहुत, तुसी देखो आज दे दौर दे विच ओ दो पॉपुलर लोग, और यहाँ ते बंदा चला जांदा किसी और पासे, मतलब तुहानू पता ही है खूबसूरत इंसान, या औरत चली जांदी है दूसरे पासे, और क्या क्या खूबसूरत एक अंडरस्टैंडिंग, एक ऐसा प्यार वाला रिश्ता, कमाल है। सर अशफाक अहमद जो था वो इतना हसीन था, जवान खूबरू, और वो बात करने का इतना माहिर था, और गुफ्तगू करन चो इतना कमाल रखता सी, तो ते राह जांदी कुड़ी नू फड़का लैंदा सी। ओदे पिछे ते बेतहाशा कुड़ियां सन, मरदियां सन, मरदियां सन, गुआंढण भी मर पैंदी सी, इधर दी भी ते इधर दी भी, तो मैं तो वेख्या ना। लेकिन लेकिन देखे आखिर दम तक उन दोनों की एक मिसालिया रिलेशनशिप, कोई अफेयर नहीं, कोई स्कैंडल नहीं, कोई कुछ नहीं, मिसाली दोनों। बानो दा ते हो ही नहीं सकदा सी ना, बानो दे ते धर्म च ही नहीं सी, ठीक है। लेकिन अशफाक तो आपको पता नहीं, अशफाक आदम अहमद जो है उसकी शख्सियत में एक शो ऑफ भी थी बड़ी जबरदस्त। वो शो ऑफ जो है ना, अगर वो दे चाहे शो ऑफ ना होती तो बहुत सारे काम कालेबन ना करता। उसके अंदर एक बड़ी अल्लाह ने रखी हुई थी एक शो ऑफ, उसने अपना आप दिखाना होता था हर महफिल। आप अशफाक अहमद अशफाक अहमद ले जाओ 5 मिनट च किसी महफिल, उन्हें 5 मिनट च अपना आप दिखा देना। मैनू बड़ा याद आंदा है इशफाक, क्योंकि इशफाक दा मेरी बड़ी दोस्ती सी,
बहुत असी वक्त इकट्ठा गुजारे है। और अशफाक नू मेरा बाप तो कई गल्ला च ओहदा बड़ा मुखालिफ सी। मेरा प्यो जिहड़ा ओहदी सब तो वड्डी लड़ाई अशफाक अहमद नाल इह सी। ओह कहिंदा सी ओ यार शको, ओ की तू मीडिया पिछे पिया है, की तेनू शौक है टेलीविजन दे उत्ते आण दा? ओ तू बहुत वड्डा अफसाना निगार है, तू बहुत वड्डा लिखारी है, तू अदब च अपना मकाम पैदा कर, तू लिखिया कर, तू अदब च ए तू ड्रामे शरामे लिख रहे हैं, ये अदब च नहीं आने, तू ए उन्हां दी बड़ी सख्त राय। ते अशफाक अहमद कहंदा सी अगों, ओ मुफ्ती तैनू नहीं पता, तैनू की पता, तू बुढ़ा हो गया। ओए अजकल दा मीडिया जेड़ा है वो टेलीविजन है, वो जो गल मैं टेलीविजन दे थ्रू पहुंचा सकना है ओ मैं वो उंज लिख के नहीं कर सकदा, ते तू छड़ दे मन तू। मैं मकसद ये उन्हां दी सारी जिंदगी ये लड़ाई रही है। दूजी लड़ाई उन्हां दी ये सी, बड़ी दिलचस्प लड़ाई सी, क्योंकि दोस्ती भी बहुत सी, प्यार भी बहुत बस बहुत ज्यादा, और जदों बैठते हम तो लड़ते भी बहुत आपस च, ना उन्हें ओदी गल मननी ना उन्हें ओदी मननी। दूसरी लड़ाई ये सी कि अशफाक अहमद नू मुमताज मुफ्ती कहंदा सी के मैं शको ओ तू नहीं पुछाने शाम नू, ओ मैं जानना शाम की है, ओ तने तेरे को लखा ही नहीं है वेखण नू। अशफाक कहंदा सी ओ यार की साडा दे यार है, कल इत्थे बैठा मां दी दाल खा रहा तू एवे उन्हें पता नहीं की बुजुर्ग बनाया होया। ये भी उनकी एक बड़ी वो थी। और प्यार का एक बॉन्डेज कुदरतुल्ला एविडेंस। साहब भी इतने चालाक थे कि उसके सामने जाके बैठ जाते थे और बिल्कुल दोस्त बन जाते थे, और मेरे बाप को आके वो कोई ऐसा करिश्मा दिखाते थे कि मेरा बाप हैरत में, दो दो महीने हैरत में पड़ा रहता था कि वाह क्या खूबसूरत यादां शेयर कीतियां तुसी अच्छी भाई, कमाल। अच्छा तुसी गया। मैनू ए मैनू दसो, आखरी सवाल, जी अक्सी मुफ्ती अज जिथे खड़े ने, तुसी भी अज कोई मतलब थोड़ी भी जड़ा मुकाम है कोई घट नहीं है, जड़ा असी अज गुफ्तगू कीती है ए कोई आम गुफ्तगू नहीं, ए भी तुहानू मैं दसा। तुसी अज मैं और जड़ियां यादां कीतियां शेयर, एक बंदा एक 40 साल का जरा चीजा लैके चलता, ये कोई आम गल नहीं, आम आदमी कर ही नहीं सकता इन्ना मतलब एक मोहब्बत और एक पैशन दे नाल। की पैगाम दोगे अज दी यूथ नू उस सारे तजर्बियां तो बाद जड़ी स्टेट नहीं कर बिल्कुल सकी, क्योंकि थोड़ा लव्स बहुत इंपॉर्टेंट है अज दे ऑडियंस लिए। पहली गल यह है कि मेरे जैसे बंदे को की पैगाम हो सकता है। मैं तो खुद सीख रहा हाँ जी, और सीखने के मरले तो बाहर नहीं आया। ते अगर कोई गल अपनी यंगर जनरेशन जड़ी है उन्होंने कहने की लोड़ है, क्योंकि वो जनरेशन है जड़ी बर्गर खाती है, मन कोई इतराज नहीं है, जड़ी जीन्स पाती है कोई इतराज नहीं, ठीक है, जो जो मर्जी एथे न्यूयॉर्क लिख लो सीने दे उत्ते, मन कोई इतराज ठीक। सिर्फ इतराज एक गल ते कि यार फ्रांसीसी बोलो, जर्मन बोलो, चीन पाओ, बर्गर खाओ, जो मर्जी करो, वो दिल ते पाकिस्तानी रखो। जिन लोगों के दिल पाकिस्तानी नहीं रहे ना, वो बहुत बड़ा नुकसान है पाकिस्तान। अगर ये जड़ी इस वेले यलगार आ रही है बाहरों, ठीक है, जिद च मैक बर्गर भी आ रहा है, ते पिज्जा हाउस भी आ रहा है, ते वड़े वड़े डिपार्टमेंटल स्टोर भी बन रहे ने एडे वड़े वड़े, तो मैनू पता कि मैं पिंड दियां कुड़ियां कसम नाल ए कोल ही एक छोटा जिना पिंड है ततराल या की है, उथों पलियां हुई कुड़ियां जड़ियां ने वो आम पंसारी दी दुकान ते जांदियां शर्म खांदियां ने, कहंदियां नहीं असी जाना है
सेंटोरस मॉल, टूथब्रश भी लेना तो उथों लेना जा, मकसद ये ते फिर ये ते कौमा बनाने की गल नहीं है, फिर गल तो कौमा विगड़ दी हैं, बन दिया ने, तुसी अपना आप ही छड़ते जा रहे हो। साढ़े ही मामे चाचे दो तेरे पोतरे जड़े ने दुकाना दे हटिया दे बैठे जान ना कहीं बच्चा ले, तो तुसी उन्हों को शर्मान दे हो, तुसी उन्हों को जाके ते तो एक माचिस की डब्बी नहीं लै सकते, तुसी माचिस की डब्बी लैन ले तुहानू सेंटारस जाना, मनु ये तो बड़ी खिज आती है। ते मैं समझना कि साढ़े लोगों नू साढ़ी यंगर जनरेशन नू ठीक है वेस्टर्नाइज होन, इल्म हासिल करन दे लिए कुछ भी होन कोई मसला नहीं, मैं खुद वेस्टर्नाइज हूँ, मैं अंग्रेजी सीखी है, मैं यूरोप च रहा, लेकिन अपना आप ते ना भुला, बस यही है और तो कोई गल नहीं। वाह, बहुत अच्छा। और जी गिला भी यही है, यानी मैसेज भी यही है तो गिला भी यही। आए ते थोड़े गिले दे नाल मैं एज ए शगुफ्ता गिम्मी लोधी और अपने चैनल दे राई गिम्मी टीवी यूके दे राई थोड़े ही पैगाम नो एंडोर्स करांगी, जोर देवांगी, क्योंकि असी ओवरसीज पाकिस्तानी किस तरह अपने मुल्क लिए महसूस करते हाँ ये बिल्कुल सिर्फ ओही सोच सकते जेडे इत्थे बैठे हैं। देखो अज मैं बैठी हाँ, अज मैं जेड़ा ये गाउन पाया ये मेरी अपनी पाकिस्तानी कढ़ाई माशा का अल्लाह जे, और बिल्कुल नजर जेड़ी आ, ईवन साढ़े वास्ते ये छोटी छोटी लैस जेड़ी है, मैं असी आने जाने पाकिस्तान दे नाल असी अपने बच्चों नू इत्थे दे उस जलगार च गुआचन नहीं दिता। मेरे अपने बच्चे पाकिस्तान आंदे आ असी उन्हां नू अपना वैल्यू सिस्टम दिता है, क्योंकि जे नहीं करांगे ते असी आप गुआच जावांगे। बिल्कुल बिल्कुल और साडा ये चैनल दा मकसद भी यही है, कल्चरल पूरा ब्रिज बनना, अपने कल्चर नू प्रमोट करना, पंजाबी नू अगे लैके जाना, ओदे नाल पाकिस्तान दा सारा और दूसरे और लोकां नू इत्थे साडे नाल पंजाबी दे जिथे बैठे ने, साडी अपनी कम्युनिटी है, दूसरी अपनी सिखी कम्युनिटी है, जो भी है अच्छा लिटरेचर नू, अदब नू, ओदे बाद परफॉर्मिंग आर्ट नू, साडा अच्छा टोटली ओ मकसद आ। ते अच्छा मैं बहुत ग्रेटफुल हां सी भाई तुहाडी, मैं बहुत इन्नी मेहरबानी, ग्रेटफुल। बहुत मेहरबानी, बहुत बहुत शुक्रिया, बहुत मजा आया थोड़े ना गल करने का, बड़े खुल के गल्ला हुई ने, बहुत मजा आया अच्छा इन्निया। लगा। और तानू ना एक किताब मुका लो ते कोई महीने के बाद तानू मैं एक होर जेड़ा तुहाडा ही टॉपिक है मैं वो नहीं हले आज टच कर सकी, मैं ओदे उत्ते पूरी डिटेल 1 घंटे की गल करांगी, सानू पता नहीं चलिया। थैंक यू सो ऑलमोस्ट वेलकम, मच। थैंक यू, थैंक यू, बाय।